ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। ਮੈਂ ਤੁਹਾਡਾ ਗੁਰਲਾਲ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਹਾਜ਼ਰ ਜਸਟ ਪੰਜਾਬੀ ਟੀਵੀ ਤੇ। ਐਵਰੀ ਟਿਊਜ਼ਡੇ, ਵੈਂਸਡੇ, ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਤੁਹਾਡੇ ਰੂਬਰੂ ਹੁੰਦਾ ਮੈਂ ਭਖਦੇ ਮੁੱਦਿਆਂ ਨੂੰ ਲੈ ਕੇ। ਦਰਸ਼ਕੋ, ਬਹੁਤ ਕੁਝ ਵਾਪਰ ਗਿਆ ਪਿਛਲੇ 24 ਘੰਟਿਆਂ ਦੇ, ਜਦੋਂ ਲਾਸਟ ਐਪੀਸੋਡ, ਲਾਸਟ ਜਿਹੜਾ ਪ੍ਰੋਗਰਾਮ ਮੈਂ ਤੁਹਾਡੇ ਨਾਲ ਕਰਕੇ ਗਿਆ ਸੀਗਾ ਉਦੋਂ ਤੋਂ ਲੈ ਕੇ ਹੁਣ ਤੱਕ। ਬੜੀ ਵੱਡੀਆਂ ਸਪੀਚਾਂ ਵੀ ਹੋਈਆਂ ਰਾਜ ਸਭਾ ਦੇ ਵਿੱਚ, ਪਾਰਲੀਮੈਂਟ ਦੇ ਵਿੱਚ, ਚਾਹੇ ਉਹ ਦੁਪਿੰਦਰ ਹੁੰਡਾ ਹੋਵੇ, ਚਾਹੇ ਦਿਗਵਿਜੈ ਸਿੰਘ ਹੋਵੇ, ਅਤੇ ਚਾਹੇ ਉਹ ਕੋਈ ਹੋਰ ਹੋਵੇ। ਦਰਸ਼ਕੋ, ਉਸ ਤੋਂ ਪਹਿਲਾਂ ਮੈਂ ਕੋਟ ਕਰਦਾ ਹਾਂ ਜਿਹੜਾ ਕਿ ਇੱਕ ਟਵੀਟ ਕੀਤਾ ਗਿਆ ਆ, ਜਿਹੜਾ ਕਹਿਤਾ ਕਿ ਅਮੀਰੋਂ ਕੇ ਘਰ ਮੇਂ ਬੈਠਾ ਕੌਆ ਵੀ ਤੁਝੇ ਮੋਰ ਲਗਤਾ ਹੈ, ਗਰੀਬ ਕੇ ਘਰ ਮੇਂ ਬੈਠਾ ਬੱਚਾ ਵੀ ਤੁਝੇ ਚੋਰ ਲਗਤਾ ਹੈ। ਇਹ ਟਵੀਟ ਕੀਤਾ ਸਰਦਾਰ ਨਵਜੋਤ ਸਿੰਘ ਸਿੱਧੂ ਨੇ, ਅੱਜ ਜਿਹੜਾ ਬੀਤਿਆ ਦਿਨ ਇੰਡੀਆ ਦੇ ਵਿੱਚ ਗਿਆ। ਕਿੱਧਰ ਨੂੰ ਕੀਤਾ, ਕਿਵੇਂ ਕੀਤਾ, ਤੁਸੀਂ ਸਾਰੇ ਸਮਝਦਾਰ ਹੋ, ਪਰ ਮੈਨੂੰ ਇੱਕ ਗੱਲ ਉਸ ਟਵੀਟ ਤੋਂ ਬਾਅਦ ਉਸ ਬੰਦੇ ਬਾਰੇ ਯਾਦ ਆ ਗਈ ਕਿ 2019 ਦੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਉਹ ਜਿੱਥੇ ਕਿਤੇ ਵੀ ਰੈਲੀ ਕਰਨ ਗਿਆ, ਮੈਂ ਮੰਨਦਾ ਕਿ ਉਹ ਕਈ ਵਾਰ ਹੱਦ ਤੋਂ ਜ਼ਿਆਦਾ ਬੋਲ ਜਾਂਦਾ, ਪਰ ਜਿੱਥੇ ਕਿਤੇ ਵੀ ਗਿਆ ਉਹ ਬੜੀਆਂ ਕਲੀਅਰ ਪਿਕਚਰ ਸ਼ੋਅ ਕਰਦਾ ਹੁੰਦਾ ਸੀ ਕਿ ਆਹ ਕੁਛ ਹੋਣ ਵਾਲਾ ਹੈ। ਚਾਹੇ ਉਹਨੇ BSNL ਬਾਰੇ ਗੱਲ ਕੀਤੀ ਹੋਵੇ, ਚਾਹੇ ਉਹਨੇ ਏਅਰਪੋਰਟਸ ਬਾਰੇ ਗੱਲ ਕੀਤੀ ਹੋਵੇ, ਚਾਹੇ ਉਹਨੇ ਰੇਲਵੇ ਬਾਰੇ ਗੱਲ ਕੀਤੀ ਹੋਵੇ, ਚਾਹੇ ਉਹਨੇ ਕਿਸੇ ਹੋਰ ਸੰਸਥਾ ਬਾਰੇ ਗੱਲ ਕੀਤੀ ਹੈ। ਔਰ ਜਿਹੜੀ ਜੀਓ ਸਿਮ ਬਾਰੇ ਆਪਾਂ ਗੱਲ ਕਰ ਰਹੇ ਕਿ ਉਹ BSNL ਨੂੰ ਖਤਮ ਕਰ ਰਹੀ ਹੈ, ਉਹ ਬੰਦਾ 2019 'ਚ ਜਗ੍ਹਾ ਜਗ੍ਹਾ ਜਾ ਕੇ ਆਪਾਂ ਨੂੰ ਕਹਿ ਰਿਹਾ ਸੀਗਾ ਕਿ ਆਹ ਕੁਛ ਹੋਣ ਵਾਲਾ। ਹੁਣ ਮੈਨੂੰ ਨਹੀਂ ਪਤਾ ਕਿਸੇ ਨੂੰ ਕੁਛ ਯਾਦ ਆਉਂਦਾ ਜਾਂ ਨਹੀਂ, ਪਰ ਗੱਲ ਫਿਰ ਉੱਥੇ ਆ ਕੇ ਅਟਕੀ ਹੋਈ ਆ ਔਰ ਪੇਚ ਉੱਥੇ ਹੀ ਫਸਿਆ ਹੋਇਆ ਜਿੱਥੇ ਕੱਲ੍ਹ ਸੀਗਾ। ਪਰ ਮੇਰਾ ਕੁਐਸਚਨ ਤੁਹਾਡੇ ਤੋਂ, ਤੁਸੀਂ ਸਾਰੇ ਸਿਆਣੇ ਸਰ ਸੂਝਵਾਨ ਬੰਦੇ ਹੋ, ਤੁਸੀਂ ਜੇ ਡਿਬੇਟਾਂ ਸੁਣੀਆਂ, ਮੈਂ ਰਾਤ ਬੜਾ ਟਾਈਮ ਲਾ ਕੇ ਕਰੀਬ ਕਰੀਬ ਚੰਗੇ ਜਿੰਨੇ ਵੱਡੇ ਨੇਤਾ ਸੀ ਉਹਨਾਂ ਦੀ ਡਿਬੇਟ, ਉਹਨਾਂ ਦੀ ਜਿਹੜੀ ਸਪੀਚ ਸੁਣੀ ਰਾਜ ਸਭਾ ਦੇ ਵਿੱਚ, ਸਾਰਿਆਂ ਤੋਂ ਵਧੀਆ, ਦਿਲ ਟੁੰਬਣ ਵਾਲੀ ਸਾਰ ਤੋਂ ਵਧੀਆ ਸਪੀਚ ਦਿੱਤੀ ਬਿਹਾਰ ਤੋਂ ਰਾਜ ਸਭਾ ਮੈਂਬਰ ਮਨੋਜ ਕੁਮਾਰ ਝਾ ਦੀ। ਬੜੀ ਹੀ ਤਰਕ ਨਾਲ, ਬੜੀ ਹੀ ਦਲੀਲਾਂ ਨਾਲ ਉਹਨਾਂ ਨੇ ਸਪੀਚ ਦਿੱਤੀ ਕੀ ਹੋਣਾ ਚਾਹੀਦਾ ਸੀ ਅਤੇ ਕੀ ਹੋ ਗਿਆ। ਉਹ ਸਪੀਚ ਮੈਂ ਤੁਹਾਡੇ ਨਾਲ ਰੂਬਰੂ ਵੀ ਕਰੂੰਗਾ, ਵਰਡ ਟੂ ਵਰਡ ਜਿੰਨੇ ਸੈਂਟੈਂਸ ਉਹਨਾਂ ਨੇ ਬੋਲੇ, ਬੜੇ ਹੀ ਟਕਾ ਟਕਾ ਕੇ ਬੋਲੇ, ਔਰ ਮੈਂ ਤੁਹਾਡੇ ਨਾਲ ਕਰੂੰਗਾ। ਔਰ ਮੇਰਾ ਕੁਐਸਚਨ ਤੁਹਾਡੇ ਤੋਂ ਇਹ, ਤੁਸੀਂ ਕਾਲ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਜਿਹੜੀ ਇੰਨੀਆਂ ਸਪੀਚਾਂ, ਇੰਨੀਆਂ ਦਲੀਲਾਂ ਜਿਹੜੀਆਂ ਪਾਰਲੀਮੈਂਟ ਰਾਜ ਸਭਾ 'ਚ ਹੋਈਆਂ ਅਪਰ ਹਾਊਸ ਦੇ ਵਿੱਚ, ਕੀ ਉਹਦੇ ਨਾਲ ਆ ਜਿਹੜਾ ਡੈਡ ਲਾ ਕੇ ਆਏ, ਜਾਂ ਆਪਾਂ ਕਿਸੇ ਸਲਿਊਸ਼ਨ ਵੱਲ ਵਧਾਂਗੇ। ਮੈਂ ਗੱਲ ਕਰ ਰਿਹਾ ਕਿਸਾਨੀ ਅੰਦੋਲਨ ਦੀ। ਦਰਸ਼ਕੋ, ਇੱਕ ਗੱਲ ਹੋਰ ਦੇਖਣ ਨੂੰ ਆਈ ਆ, ਸ਼ਾਇਦ ਤੁਸੀਂ ਵੀ ਨੋਟ ਕੀਤਾ ਹੋਊਗਾ ਕਿ 26 ਜਨਵਰੀ ਦੇ ਐਪੀਸੋਡ ਤੋਂ ਬਾਅਦ ਜਿਹੜਾ ਮਨੋਬਲ ਆ ਉਹ ਪੰਜਾਬੀਆਂ ਦਾ ਖਾਸ ਕਰਕੇ ਟੁੱਟਣ ਦੀ ਕਗਾਰ 'ਤੇ ਸੀ, ਡਾਊਨ ਹੋ ਰਿਹਾ ਸੀਗਾ, ਮੋਰਾਲ ਡਾਊਨ ਹੋ ਰਿਹਾ ਸੀਗਾ। ਉਹਦੇ ਵਿੱਚ ਜੇ ਜਾਨ ਫੂਕੀ, ਆਫਕੋਰਸ ਦਾ ਹੀਰੋ ਰਾਕੇਸ਼ ਟਿਕੈਤ ਤਾਂ ਸੀ, ਉਸ ਤੋਂ ਬਾਅਦ ਵੀ ਜਿਹੜਾ ਮਨੋਬਲ ਉੱਚਾ ਕਰਨ ਦਾ ਕੰਮ ਤੁਹਾਨੂੰ ਨਹੀਂ ਲੱਗਦਾ ਕਿ ਗੈਰ ਪੰਜਾਬੀਆਂ ਨੇ ਚੱਕ ਲਿਆ, ਚਾਹੇ ਉਹ ਸਪੈਸ਼ਲੀ ਹਰਿਆਣੇ ਵਾਲੇ, ਯੂਪੀ ਵਾਲੇ, ਰਾਜਸਥਾਨ ਵਾਲੇ, ਉੱਤਰਾਖੰਡ ਵਾਲੇ, ਉਹਨਾਂ ਨੇ ਚੱਕ ਲਿਆ? ਤੁਸੀਂ ਦੇਖਿਓ ਦਰਸ਼ਕੋ, ਮੈਂ ਖਾਪ ਪੰਚਾਇਤਾਂ ਦੀ ਗੱਲ ਕੀਤੀ ਸੀ ਕੱਲ੍ਹ ਕੰਡੇਲਾ ਗਾਮ ਜੀਂਦ ਦੇ ਕੋਲ, ਅੱਜ ਵੀ ਖਾਪ ਪੰਚਾਇਤਾਂ ਉੱਥੇ ਹੋਈਆਂ ਹਰਿਆਣੇ ਦੇ ਵਿੱਚ, ਰਾਜਸਥਾਨ ਦੇ ਦੋਸਾ ਡਿਸਟ੍ਰਿਕਟ 'ਚ ਵੀ ਦੁਬਾਰਾ, ਅਲਵਰ ਡਿਸਟ੍ਰਿਕਟ ਵਿੱਚ ਵੀ ਦੁਬਾਰਾ ਖਾਪ ਪੰਚਾਇਤਾਂ ਜੁੜੀਆਂ। ਖਾਸ ਕਰਕੇ ਹਰਿਆਣੇ ਦੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਦਰਸ਼ਕੋ, ਕਿ 200 ਰੁਪਇਆ ਉਹਨਾਂ ਨੇ ਪ੍ਰਤੀ ਏਕੜ, ਇੱਕ ਕਿੱਲੇ ਪਿੱਛੇ 200 ਰੁਪਇਆ ਉਹਨਾਂ ਨੇ ਚੰਦੇ ਦਾ ਲਾ ਦਿੱਤਾ। ਜਿੱਦਾਂ ਆਪਾਂ ਮੰਦਰ ਜਾਂ ਗੁਰਦੁਆਰਾ ਜਾਂ ਮਸਜਿਦ ਬਣਾਉਣ ਵੇਲੇ, ਆਪਾਂ ਪਿੰਡਾਂ 'ਚ ਜਾਂ ਕੋਈ ਸਾਂਝਾ ਪ੍ਰੋਗਰਾਮ ਕਰਨ ਵੇਲੇ ਆਪਾਂ ਲਾਈਦਾ ਹੁੰਦਾ ਸੀਗਾ ਕਿ ਫਲਾਨਾ ਸਿੰਘ ਜੇ ਤੂੰ ਉੱਪਰ ਦੇਣੇ ਤੇਰੀ ਖੁਸ਼ੀ ਆ, ਪਰ ਏਕੜ ਬਦਲੇ ਜਾਂ ਇੱਕ ਬਿੱਘੇ ਬਦਲੇ ਤੈਨੂੰ ਇੰਨੇ ਪੈਸੇ ਦੇਣੇ ਪੈਣਗੇ। ਦਰਸ਼ਕੋ, 200 ਰੁਪਇਆ ਉਹਨਾਂ ਨੇ ਹਰੇਕ ਪਿੰਡ 'ਚ ਹਰੇਕ ਛੋਟੇ ਵੱਡੇ ਜ਼ਿਮੀਦਾਰ ਨੂੰ ਲਾ ਦਿੱਤਾ, ਔਰ ਮਜ਼ਦੂਰ ਦੇ ਮੋਹਰੇ ਉਹਨਾਂ ਨੇ ਆਪਸ਼ਨ ਰੱਖੀ, ਤੂੰ 10 ਰੁਪਏ ਦੇਣੇ, ਤੂੰ 20 ਰੁਪਏ ਦੇਣੇ, ਤੇਰੀ ਖੁਸ਼ੀ ਆ। ਦਰਸ਼ਕੋ, 200 ਰੁਪਏ ਪਤਾ ਕਾਹਦੇ ਵਾਸਤੇ? ਕਿ ਅਸੀਂ ਘਰੇ ਨਹੀਂ ਜਾਣਾ ਜਿੰਨੇ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣੀਆਂ। ਉਹ ਉੱਥੇ, ਚਾਹੇ ਉਹ ਕੁੰਡਲੀ ਬਾਰਡਰ ਹੈ, ਚਾਹੇ ਉਹ ਸਿੰਘੂ ਬਾਰਡਰ ਹੈ, ਚਾਹੇ ਉਹ ਟਿਕਰੀ ਬਾਰਡਰ ਹੈ, ਗਾਜ਼ੀਪੁਰ ਬਾਰਡਰ ਹੈ, ਸ਼ਾਹਜਹਾਂਪੁਰ ਬਾਰਡਰ ਹੈ, ਜਿੱਥੇ ਵੀ ਰਸਤ ਚਾਹੀਦੀ ਆ, ਆਲੂ ਚਾਹੀਦੇ, ਸਬਜ਼ੀ ਚਾਹੀਦੀ, ਦਾਲ ਚਾਹੀਦੀ, ਦੁੱਧ ਚਾਹੀਦਾ, ਆਟਾ ਚਾਹੀਦਾ, ਆਪਾਂ ਪਿੰਡਾਂ 'ਚੋਂ ਲਿਜਾਵਾਂਗੇ, ਜਿਹੜੇ ਪੈਸੇ ਇਕੱਠੇ ਕਰਾਂਗੇ ਉਹ ਬਾਕੀ ਦੀਆਂ ਚੀਜ਼ਾਂ ਲੈ ਕੇ ਜਾਵਾਂਗੇ।
यह मते पास होए और अज भी चल रहा और कंटिन्यू चल रहा है ट्रेंड पिंडां दे विच। दर्शको मैं नहीं कह रहा कि पंजाबी पंजाबी अज ही मैं देख रहा थोड़ा चिर पहला कि मोहाली दे कोलों ते रोपड़ दे कोलों दो ट्रालियां आई हैं जड़ियां फुल भरियां सी पानी दी बोतलां नाल। वो कहिंदे कि 500 केस जड़े लै 500 ट्रालियां च वो हरेक ट्राली कोल हरेक जिथे लंगर लग्या वो पिया पिया केस पानी दे बंड रहे हैं। बहुत चंगी गल है पंजाबियों वालों तो दाद देनी पऊगी बाकी स्टेटा वालों नूं खास करके हरियाणा नूं उन्होंने जिहड़ा वह राशन लैके आए सीगे वो ट्रालियां च उदां ही पिया आ वो हले 6 महीने का स्टाक होर पिया पर होर आ रहा है। गल हरियाणे की गल राजस्थान की गल उत्तराखंड यूपी की है कि उन्होंने जिहड़ा मनोबल उपर चुकया इस संघर्ष नूं अगे ले जाण लई। दर्शको अगेन मैं बड़ा क्लीयर करदा कि संघर्ष आपां लड़ना नहीं है किसी नाल जिन्ने भी संघर्ष जित गए संयम ते दृढ़ निश्चय नाल जिते गए और किसी नूं माड़ा बोल के नहीं कोई प्रॉपर्टी नूं नुकसान करके नहीं। मनोज कुमार झा दियां मैं तुहानूं गल्लां दसूंगा और तुसीं दस्यो कि एड्डी वड्डियां दलीलां दे बावजूद इन्नी वड्डी स्पीचां होण दे बावजूद भी आपां सोल्यूशन वल नूं वधांगे या की देखण नूं लगदा नियर फ्यूचर? क्यों क्योंकि लेटेस्ट प्रधानमंत्री जी अज यूपी च सीगे कोई कार्यक्रम च उन्होंने फिर अपने वर्ड दोहराए कि मैं आह बहुत वधिया कानून लैके आया तो यह किसान नूं आत्मनिर्भर करनगे जिहड़ियां पिछली सरकारां नहीं कर सकियां। पर स्पीचां सुनने वालियां सी दर्शको मैं तुहानूं दसी चलां कि इहदे विच करीब 15 विपक्ष दे लीडर 15 MPs जिहड़े दूजी विपक्ष दी पार्टियां नाल बिलोंग करदे उह गाजीपुर बॉर्डर गए किसानां नूं मिलण पर पुलिस ने उहनां नूं बैरीकेटिंग तों ही मोड़ दित्ता। उहदे विच काफ़ी सीनियर लीडर भी सीगे। दर्शको आपां चलदे मनोज कुमार झा दी स्पीच वल। उन्होंने शुरू किया कि लोकतंत्र दे विच सुनन ते सुनाण दी बहुत ही वधिया अद्भुत कला हुंदी आ। उन्होंने नाल पॉइंट आउट भी किया भारतीय जनता पार्टी दे MPs नूं मंत्रीज नूं खास करके प्रधानमंत्री ते होम मिनिस्टर नूं गृह मंत्री जी नूं। उन्होंने कहा कि लोकतंत्र दे विच सुनन ते सुनाण दी बहुत वधिया अद्भुत कला हुंदी आ जिहड़ी कि तुसीं लूज़ कर रहे हैं। कहिंदे कि पिछली वार दी टर्म दे विच तुसी सुन सुनान नूं घट कीता सिर्फ सुनाया ज़्यादा हुण खास करके तुहाडी जिहड़ी सैकेंड टर्म आई है इहदे विच तां तुसी बिल्कुल ही सुनना बंद करता सिर्फ सुना रहे हो। दर्शकों उन्होंने उस चीज़ नूं उहदे विच कोट किया बाकी गल्लां च बाद दसदा कि उन्होंने क्यों कहा। वह कहिंदे कि तुहाडे मंत्री कह रहे कि 11 वार दी वार्ता किसानां नाल हो गई है 11 वार दी वार्ता किसानां नाल हो गई है कोई सिट्टा नहीं निकल रहा। तो वह कहिंदे कि मैं सारी 11 वार दी वार्ता नूं टेबल ते रख के देखिया जिहदे विच सिर्फ ते सिर्फ तुसी सुना रहे सी पर उन्हां दी सुन नहीं सी रहे तुसी सिर्फ सुना रहे सी तुसी सुन नहीं सी रहे। वह कहिंदे सी कि एक वार्ता कर रहे सी एक वार्ता मतलब तुसी सुना रहे सी वार्तालाप नहीं कर रहे सी। मैं उन्हां दा हिंदी वर्जन तुहानूं पंजाबी च करके सुना रहा। दर्शको वह कहिंदे कि ईवन एक मंत्री ने मैनूं कहा कि असीं तां किसानां नूं इत्थों तक देता आ प्रस्ताव देता ये देता वो देता। वो कहिंदा कि 80% 70-80% किसान ते मजदूर ने इस कंट्री दे विच आपां कौन हुंदे आ उहनां नूं कुछ देण वाले वो आपां नूं दिंदे आ 3 टाइम दा फुलका 3 टाइम का खाना। उन्होंने कहा कि वो आपां नूं दिंदे आ वो आपां नूं मजदूर आ जिहड़ी बिल्डिंगां च आपां बैठे हैं वो चिणाई दा जिहड़े आटो च लोग जांदे आ जिहड़ी टैक्सी च शायद तुसीं जिहड़ी गड्डी च आएंगे उहदा ड्राइवर भी एक मजदूर या किसान दा बेटा होगा। उन्होंने बहुत सोहना कोट किया कि आपां उन्हां नूं कुछ नहीं दे रहे और नंबर 1 जिहड़ा अंदोलन दी नींव आ उह इत्थे आ के बैठे आ कुछ लैण नहीं आए वह तां सिर्फ वापस करना है जो उन्हां ते कानून थोपे जा रहे आ सिर्फ वापस करना है। फिर उन्होंने बहुत ही दलील नाल कहा कि इहदे विच जो है कि असी कोई ये नहीं कर रहे कि कसून कानून रद्द कर रहे। वह कहिंदे इहनूं वापस लै के दोबारा किसानां दे वी जिहड़े लीडर्स उहनां नूं विच पाओ विपक्ष नूं विच पाओ तुसीं आपदे मंत्री विच पाओ एक कमेटी बनाओ या पूरी संसद विच बहस कराओ कि जे तुसीं ये कानून लियाउणी है तां इहनूं पिछे लै के इहनां सोध करके एक नवें कानून वापस लियाओ जिहदे नाल विन विन सिचुएशन होवे कि वह भी खुशी खुशी घरे जाण ते आपणा भी सारे खुश रहीए ताकि अपना अन्नदाता भी खुश है तो आप भी सारे खुश हैं। बड़ी दलील ना उन्होंने गल की कि तुसी ये भी ना कहो कि असी रद्द कर दें तुसी ये कहो कि असी वापस लै रहे हैं इन्हां विच शोध करके दोबारा तो कानून बनावांगे एक बार इन्हां नूं असी वापस लैने।
दर्शकों देखो गल करन दा तरीका हुंदा, एक हुंदा कि नहीं सानू नहीं चाहिए आ चक्को बाप, उन्होंने इदा नहीं कहा, उन्होंने बड़े तरीके नाल कहा कि प्रधानमंत्री जी उप सभापति जी तुसीं इहनूं कहो किसानां नूं कि तुसीं आ जाओ बह जाओ या तुसीं घर चल जाओ, असीं इहनां नूं वापस करके दोबारा ये कानून बनाउने आ, ਇਹ ਕਾਨੂੰਨਾਂ ਦੇ ਵਿੱਚ ਸੋਧ ਕਰਾਂਗੇ, ਇਹ ਕਰਾਂਗੇ, ਉਹ ਨਵੇਂ ਤਰ੍ਹਾਂ ਦੇ ਕਾਨੂੰਨ ਹੋਣਗੇ, ਉਹਦੇ ਵਿੱਚ ਤੁਹਾਨੂੰ ਵਿੱਚ ਲਿਆ ਜਾਊਗਾ ਬਣਾਉਣ ਤੋਂ ਪਹਿਲਾਂ। ਉਸ ਤੋਂ ਬਾਅਦ ਦਰਸ਼ਕੋ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਕੋਟ ਕਰਦੇ ਹੋਏ ਕਿਹਾ ਕਿ ਬਹੁਤ ਸਾਰੇ ਤੁਹਾਡੇ ਸਾਥੀ, ਬਹੁਤ ਸਾਰੇ ਮੇਰੇ ਸਾਥੀ ਜਿਹੜੇ ਨੇਤਾ ਬਣੇ ਬਾਅਦ ਦੇ ਵਿੱਚ ਮੰਤਰੀ ਪਦ ਤੱਕ ਰਹੇ, ਇਹ ਉਦੋਂ ਦੀ ਉਪਜਾ ਜਦੋਂ ਜੈਪ੍ਰਕਾਸ਼ ਜੀ ਦਾ ਅੰਦੋਲਨ ਚੱਲਿਆ ਸੀ। ਕਹਿੰਦਾ ਤੁਹਾਡੇ, ਉਹਨਾਂ ਨੇ ਬੜੇ ਤਰੀਕ ਕੀਰ ਨਾ, ਉਹ ਕਹਿੰਦਾ ਮੈਂ ਨਾਮ ਨਹੀਂ ਲਾਊਂਗਾ, ਕੁਛ ਇਸ ਦੁਨੀਆ ਤੋਂ ਕੂਚ ਕਰਕੇ ਕੁਛ ਹੈਗੇ ਨੇ, ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਦੇਵੇ। ਜੈਪ੍ਰਕਾਸ਼ ਜੀ ਦਾ ਜਦੋਂ ਵੱਡਾ ਅੰਦੋਲਨ ਚੱਲਿਆ ਸੀ, ਉਹਨਾਂ ਨੇ ਬੜਾ ਸੋਹਣਾ ਕੋਟ ਕੀਤਾ ਕਿ ਜੇ ਉਸ ਵਕਤ ਕੰਟੀਲੀਆਂ ਤਾਰਾਂ, ਸਰੀਏ, ਕੰਕਰੀਟ, ਇਹ ਸਭ ਵਾਰੀ ਹੈਵੀ ਪੁਲਿਸ ਫੋਰਸ, ਪੈਰਾਮਿਲਟਰੀ ਫੋਰਸਿਸ ਲੱਗ ਜਾਂਦੀਆਂ ਤਾਂ ਉਹ ਅੰਦੋਲਨ ਕਿੱਥੇ ਜਾਂਦਾ, ਤੁਸੀਂ ਸੋਚ ਕੇ ਦੇਖਿਓ ਘਰ ਜਾ ਕੇ। ਬਹੁਤ ਸੋਹਣਾ ਉਹਨਾਂ ਨੇ ਕੋਟ ਕੀਤਾ। ਫਿਰ ਉਹਨਾਂ ਨੇ ਕਿਹਾ ਸੀਗਾ ਕਿ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਨਾ, ਸਰਕਾਰਾਂ ਉਹ ਜੋੜਨ ਦਾ ਕੰਮ ਕਰਦੀਆਂ ਨੇ, ਉਹ ਪੁੱਲ ਦਾ ਕੰਮ ਕਰਦੀਆਂ ਨੇ ਇੱਕ ਦੂਜੇ ਨੂੰ ਜੋੜਨ ਦਾ। ਤਾਂ ਉਹਨਾਂ ਨੇ ਕਿਹਾ ਕਿ ਤੁਸੀਂ CAA ਕਾਨੂੰਨ ਬਣਾਇਆ, CAA ਕਾਨੂੰਨ ਦੇਸ਼ ਦਾ ਹੀ ਨਾਗਰਿਕ, ਦੇਸ਼ ਦੇ ਨਾਗਰਿਕ ਦੇ ਸਾਹਮਣੇ ਖੜਾ ਕਰਤਾ, ਚਾਹੇ ਉਹ ਧਰਮਵਾਦ ਸੀ, ਚਾਹੇ ਏਰੀਆਵਾਦ ਸੀ, ਜਾਂ ਕਿੱਦਾਂ। ਤੁਸੀਂ ਗਹਿਰਾਈ ਨਾਲ ਦਰਸ਼ਕੋ, ਤੁਸੀਂ ਸਿਆਣੇ ਸੂਝਵਾਨ ਦਰਸ਼ਕੋ, ਤੁਸੀਂ ਸੋਚੋ ਕਿ ਕਿੱਡੀ ਵੱਡੀ ਗੱਲ, ਕਿਉਂਕਿ ਦੇਸ਼ ਦਾ ਹੀ ਨਾਗਰਿਕ ਇੱਕ ਦੂਜੇ ਸਾਹਮਣੇ ਖੜਾ ਕਰਤਾ, ਸਰਕਾਰਾਂ ਜੋੜਦੀਆਂ ਹੁੰਦੀਆਂ, ਤੁਸੀਂ ਇੱਕ ਦੂਜੇ ਦੇ ਸਾਹਮਣੇ ਖੜਾ ਕਰਤਾ। ਦਰਸ਼ਕੋ ਉਹਨਾਂ ਨੇ ਉਸ ਤੋਂ ਬਾਅਦ ਬਹੁਤ ਵੱਡੀ ਗੱਲ ਕਹੀ ਕਿ ਅੱਜ ਕਹਿੰਦੇ ਕਿ ਮੈਂ ਇੱਕ ਇਸ ਪਰਿਵਾਰ, ਐਸੇ ਪਰਿਵਾਰ ਨੂੰ ਮੈਂ ਜਾਣਦਾ ਹਾਂ ਜਿਨ੍ਹਾਂ ਦਾ ਇੱਕ ਬੇਟਾ ਸਰਹੱਦ 'ਤੇ ਆ, ਇੱਕ ਬੇਟਾ ਪੁਲਿਸ 'ਚ ਆ, ਦਿੱਲੀ ਪੁਲਿਸ 'ਚ ਉਹਨਾਂ ਨੇ ਕਿਹਾ, ਅਤੇ ਇੱਕ ਬੇਟਾ ਖੇਤ 'ਚ ਕੰਮ ਕਰਦਾ। ਅੱਜ ਕਹਿੰਦੇ ਹਾਲਾਤ ਹੈ ਕਿ ਉਹ ਤਿੰਨੋਂ ਭਰਾ ਇੱਕ ਦੂਜੇ ਦੇ ਸਾਹਮਣੇ ਨੇ, ਤੁਸੀਂ ਕਹਿੰਦੇ ਹਾਲਾਤ ਇੱਦਾਂ ਦੇ ਬਣਾ ਦਿੱਤੇ। ਇਹ ਪੁੱਲ ਕਿੱਥੇ ਗਿਆ, ਸਰਕਾਰਾਂ ਜੋੜਦੀਆਂ ਹੁੰਦੀਆਂ ਨਾ ਕਿ ਤੋੜਦੀਆਂ। ਫਿਰ ਉਹਨਾਂ ਨੇ ਕਿਹਾ ਕਿ ਅੱਜ ਕਹਿੰਦਾ ਮੈਂ ਗਿਆ ਸੀਗਾ ਕੁੰਡਲੀ ਬਾਰਡਰ, ਸਿੰਘੂ ਬਾਰਡਰ 'ਤੇ, ਥੋੜ੍ਹੀ ਦੂਰੋਂ ਮੈਂ ਪਿਕਚਰਸ ਦੇਖੀਆਂ, ਮੈਂ ਵਾਪਸ ਆ ਗਿਆ। ਉਹਨਾਂ ਨੇ ਬੜਾ ਤਰੀਕੇ ਨਾਲ ਕਿਹਾ ਕਿ ਇੱਦਾਂ ਦੇ ਹਾਲਾਤ ਤਾਂ ਪਾਕਿਸਤਾਨ ਜਾਂ ਬਾਂਗਲਾਦੇਸ਼ ਜਾਂ ਚਾਈਨਾ ਦੇ ਬਾਰਡਰ 'ਤੇ ਵੀ ਨਹੀਂ ਹੈ ਜੋ ਤੁਸੀਂ ਉੱਥੇ ਖੜਾ ਕਰਤਾ। ਜੋੜ ਕਿੱਥੇ ਹੈ, ਤੁਸੀਂ ਤਾਂ ਹੋਰ ਵਿਚਾਲੇ ਕੰਧਾਂ ਖੜੀਆਂ ਕਰਤੀਆਂ, ਇਹ ਸਰਕਾਰਾਂ ਦੇ ਕੰਮ ਹੁੰਦੇ। ਦਰਸ਼ਕੋ ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਇੱਦਾਂ ਹੀ ਬਣੇ ਰਹੋ। ਦਰਸ਼ਕੋ ਸਵਾਗਤ ਤੁਹਾਡਾ ਫਿਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ TV, ਟਿਊਜ਼ਡੇ, ਵੈਂਸਡੇ, ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ। ਮੈਂ ਤੁਹਾਡਾ ਗੁਰਲਾਲ। ਦਰਸ਼ਕੋ ਆਪਾਂ ਗੱਲ ਕਰ ਰਹੇ ਸੀਗੇ ਕਿ ਜੋ ਪਾਰਲੀਮੈਂਟ ਦੇ ਵਿੱਚ ਸਪੀਚਾਂ ਹੋਈਆਂ ਅੱਜ, ਖਾਸ ਕਰਕੇ ਵਿਰੋਧੀ ਦਲਾਂ ਦੇ ਨੇਤਾਵਾਂ ਨੇ ਦਿੱਤੀਆਂ, ਕਾਸ਼ ਇਹ ਉਦੋਂ ਕਰਵਾਈਆਂ ਜਾਂਦੀਆਂ ਜਦੋਂ ਇਹ ਬਿੱਲ ਸੀਗੇ, ਜਦੋਂ ਇਹ ਡਰਾਫਟ ਬਣਾਏ ਗਏ ਸੀਗੇ, ਤਾਂ ਸ਼ਾਇਦ ਕੋਈ ਚੰਗੇ ਸਿੱਟੇ ਨਿਕਲ ਕੇ ਬਾਹਰ ਆਉਂਦੇ। ਇਹ ਜ਼ਰੂਰੀ ਹੁੰਦਾ ਆ ਕਿ ਇੱਕ ਹੈਲਥੀ ਡੈਮੋਕ੍ਰੇਸੀ ਲਈ, ਇੱਕ ਵਧੀਆ ਲੋਕਤੰਤਰ ਲਈ ਵਿਰੋਧ ਹੋਣਾ ਬਹੁਤ ਜ਼ਰੂਰੀ ਹੁੰਦਾ ਆ। ਦਰਸ਼ਕੋ ਮੈਂ ਗੱਲ ਕੋਟ ਕਰ ਰਿਹਾ ਸੀ ਮਨੋਜ ਕੁਮਾਰ ਝਾ ਦੀ ਸਪੀਚ ਦੀ, ਉਹਨਾਂ ਨੇ ਕਈ ਗੱਲਾਂ ਤੁਹਾਨੂੰ ਦੱਸੀਆਂ, ਅਤੇ ਹੋਰ ਮੈਂ ਤੁਹਾਨੂੰ ਦੱਸ ਰਿਹਾ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਉਦੋਂ ਵੀ ਇਹ ਇੱਦਾਂ ਦੇ ਬਿੱਲ ਬਣਾਏ ਗਏ ਸੀ, ਪਰ ਕਾਨੂੰਨ ਨਹੀਂ ਬਣੇ ਕਿਉਂਕਿ ਅਸੀਂ ਜੋ ਹੈ ਤੁਹਾਡੇ ਸਾਹਮਣੇ ਰੱਖੇ ਸੀਗੇ। ਔਰ ਸਹੀ ਕਈ ਪਾਰਟੀਆਂ ਦੇ ਨੇਤਾਵਾਂ ਦੇ ਨਾਮ ਲਏ, ਉਹਨਾਂ ਨੇ ਸੀਨੀਅਰ ਭਾਰਤੀ ਜਨਤਾ ਪਾਰਟੀ ਦੇ ਜੋ ਲੀਡਰ ਸੀਗੇ ਉਹਨਾਂ ਦੇ ਨਾਮ ਲਏ, ਜਿਨ੍ਹਾਂ ਦੇ ਨਾਮ ਮੈਂ ਤੁਹਾਨੂੰ ਸ਼ੇਅਰ ਜ਼ਰੂਰ ਕਹੂੰਗਾ। ਪਹਿਲਾਂ ਆਪਣੇ ਨਾਲ ਇੱਕ ਕਾਲਰ ਜੁੜ ਗਿਆ, ਉਹਨਾਂ ਨੂੰ ਕਾਲ ਲੈਂਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ, ਕੌਣ ਸਾਹਿਬ ਬੋਲ ਰਹੇ ਹੋ? ਡਾਕਟਰ ਪੰਨੂ ਬੋਲ ਰਹੀ। ਹਾਂਜੀ 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 ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਅੱਜ ਡਿਸਕਸ਼ਨਸ ਹੋਈਆਂ ਆ, ਜਿਹੜੀਆਂ ਸਪੀਚਸ ਹੋਈਆਂ ਆ ਰਾਜ ਸਭਾ ਦੇ ਵਿੱਚ, ਅਪਰ ਹਾਊਸ ਦੇ ਵਿੱਚ, ਚਾਹੇ ਉਹ ਦੀਪਿੰਦਰ ਹੁੱਡਾ ਹੋਵੇ, ਚਾਹੇ ਉਹ ਦਿਗਵਿਜੇ ਸਿੰਘ ਜੀ ਹੋਣ, ਚਾਹੇ ਕੋਈ ਹੋਰ ਹੋਵੇ, ਜੋ ਮੇਰੇ ਦਿਲ ਨੂੰ ਵਧੀਆ ਲੱਗੀ ਉਹ ਮਨੋਜ ਕੁਮਾਰ ਝਾ ਦੀ ਲੱਗੀ, ਜਿਹੜੇ ਕਿ ਬਿਹਾਰ ਤੋਂ ਰਾਜ ਸਭਾ ਦੇ ਮੈਂਬਰ ਨੇ। ਪਰ ਗੱਲ ਮੈਂ ਇਹ ਕਰ ਰਿਹਾ ਕਿ ਜਿਹੜੀ ਇੰਨੀਆਂ ਵਧੀਆ ਦਲੀਲਾਂ ਨਾਲ ਸਪੀਚਾਂ ਕੱਲਦੀਆਂ ਚੱਲ ਰਹੀਆਂ, ਔਰ ਖੁਦ ਪ੍ਰਧਾਨ ਮੰਤਰੀ ਜੀ ਵੀ ਸੁਣ ਰਹੇ ਆ, ਬਾਕੀ ਮੰਤਰੀ ਵੀ ਨਾਲ ਹੋਣਗੇ, ਜੇ ਗੈਰ ਹਾਜ਼ਰਿਆ ਤੋਂ ਬਾਅਦ ਰਿਕਾਰਡਡ ਆ, ਦੇਖ ਰਹੇ ਹੋਣਗੇ, ਤੁਹਾਨੂੰ ਲੱਗਦਾ ਕਿ ਇਹਨਾਂ ਸਪੀਚਾਂ ਨਾਲ ਗੱਲ ਕਿਸੇ ਸੋਲਿਊਸ਼ਨ ਵੱਲ ਵਧੂਗੀ? ਜ਼ਰੂਰ ਬਣਨੀ ਚਾਹੀਦੀ ਆ,
ਪ੍ਰੋਫੈਸਰ ਮਨੋਜ ਕੁਮਾਰ ਝਾ ਨੇ ਜਿਹੜੀਆਂ ਦਲੀਲਾਂ ਦਿੱਤੀਆਂ ਉਹਨਾਂ ਨੇ ਇਸੇ ਗੱਲ ਤੇ ਜ਼ੋਰ ਦਿੱਤਾ ਹੈ ਜੀ ਕਿ ਇਹ ਸੰਸਦ ਦੇ ਵਿੱਚ ਜਿੰਨੇ ਵੀ ਮੈਂਬਰ ਆਏ ਨੇ ਉਹ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਨੇ ਔਰ ਉਹਨਾਂ ਦੀਆਂ ਵੋਟਾਂ ਦੇ ਨਾਲ ਬਣੇ ਨੇ ਜੀ ਜੀ ਔਰ ਉਹਨਾਂ ਨੂੰ ਜਨਤਾ ਦੀ ਨਬਜ਼ ਸਮਝਣੀ ਚਾਹੀਦੀ ਆ ਜਿਹੜੀ ਜਨਤਾ 80% ਜਨਤਾ ਜਿਹੜੀ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਹੀ ਆ ਮਹਿੰਗਾਈ ਦਾ ਸਾਹਮਣਾ ਕਰ ਰਹੀ ਹੈ ਹੁਣ ਉਹਨਾਂ ਦੀ ਰੋਜ਼ੀ ਰੋਟੀ ਦੇ ਮਸਲੇ ਤੇ ਵੀ ਗੱਲ ਪਹੁੰਚ ਗਈ ਹੈ ਉਹਨਾਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ ਔਰ ਨਾਲ ਦੀ ਨਾਲ ਇਹ ਵੀ ਇਸ਼ਾਰੇ ਮਿਲਦੇ ਨੇ ਕਿ ਕੱਲ ਨੂੰ ਫਿਰ ਇਹਨਾਂ ਨੁਮਾਇੰਦਿਆਂ ਨੇ ਫਿਰ ਜਨਤਾ ਦੀ ਕਚਹਿਰੀ ਵਿੱਚ ਜਾਣਾ ਹੈ ਫਿਰ ਵੀ ਉਹਨਾਂ ਦਾ ਸਾਹਮਣਾ ਕਰਨਾ ਹੈ ਇਸ ਕਰਕੇ ਇਹਨਾਂ ਸਾਰੇ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੂੰ ਉਸ ਵੱਡੇ ਤਬਕੇ ਦੀ ਉਸ ਗਰੀਬ ਲੋਕਾਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਤੁਹਾਨੂੰ ਲੱਗਦਾ ਕਿ ਜਿਸ ਹਿਸਾਬ ਨਾਲ ਜੋ ਬੋਡੀ ਲੈਂਗੁਏਜਿਸ ਆ ਮੈਂ ਆਪਾਂ ਪ੍ਰਧਾਨ ਮੰਤਰੀ ਨਹੀਂ ਕਿਉਂਕਿ ਉਹ ਇੱਕ ਅਹੁਦੇ ਦਾ ਸਮਾਨ ਹੁੰਦਾ ਆ ਉਹ ਪਦ ਦਾ ਸਮਾਨ ਹੁੰਦਾ ਆ ਆਪਾਂ ਕਿਸੇ ਮੰਤਰੀ ਗੱਲ ਨਹੀਂ ਕਰਦੇ ਪਰ ਬੋਡੀ ਲੈਂਗੁਏਜਿਸ ਤੋਂ ਲੱਗਦਾ ਕਿ ਆਪਾਂ ਕਿਸੇ ਸਲਿਊਸ਼ਨ ਵੱਲ ਵੱਧ ਰਹੇ ਹਾਂ ਜਾਂ ਖਾਸ ਕਰਕੇ ਉਹ ਜਿੱਦਾਂ ਦੀ ਬੈਰੀਗੇਟਿੰਗ ਹੋ ਰਹੀ ਹੈ ਦਿੱਲੀ ਦੇ ਆਲੇ ਦੁਆਲੇ ਉਸ ਚੀਜ਼ ਤੋਂ ਲੱਗਦਾ ਆ ਮੈਂ ਬੜਾ ਕਲੀਅਰ ਕਈ ਗੱਲਾਂ ਦੇ ਵਲਵਲੇ ਨੇ ਦਰਸ਼ਕਾਂ ਦੇ ਦਿਮਾਗਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਆਪਾਂ ਕਿਹੜੀ ਡਾਇਰੈਕਸ਼ਨ ਵੱਲ ਜਾ ਰਹੇ ਹਾਂ ਦੇਖੋ ਉਮੀਦ ਨਹੀਂ ਛੱਡਣੀ ਚਾਹੀਦੀ ਜਿਸ ਤਰ੍ਹਾਂ ਸਾਰੇ ਪਾਸਿਓਂ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਵੱਧਦਾ ਜਾ ਰਿਹਾ ਹੈ ਅੰਦੋਲਨ ਨੌਰਥ ਤੋਂ ਲੈ ਕੇ ਹੌਲੀ ਹੌਲੀ ਸਾਊਥ ਵੱਲ ਨੂੰ ਵੱਧਦਾ ਜਾ ਰਿਹਾ ਸਾਰੀਆਂ ਸਟੇਟਾਂ ਦੇ ਵਿੱਚ ਇਸ ਮੈਜੋਰਿਟੀ ਕਮਿਊਨਿਟੀ ਜਿਹੜੀ ਕਿਸਾਨ ਨੇ ਮਜ਼ਦੂਰ ਨੇ ਇਹਨਾਂ ਦੀਆਂ ਆਵਾਜ਼ਾਂ ਹੌਲੀ ਹੌਲੀ ਸਾਰੀਆਂ ਸਟੇਟਾਂ 'ਚੋਂ ਉੱਠਣੀਆਂ ਸ਼ੁਰੂ ਹੋ ਗਈਆਂ ਹੈ ਔਰ ਮੈਨੂੰ ਮੈਂ ਉਮੀਦ ਕਰਦਾ ਵਾਂ ਕਿ ਸਰਕਾਰ ਜ਼ਰੂਰ ਇਸ ਨਬਜ਼ ਨੂੰ ਸਮਝੇਗੀ ਔਰ ਕਿਸੇ ਗੱਲਬਾਤ 'ਤੇ ਆਏਗੀ ਕਿਉਂਕਿ ਹਰ ਇੱਕ ਸਮੱਸਿਆ ਦਾ ਹੱਲ ਹਥਿਆਰ ਨਾਲ ਡੰਡੇ ਨਾਲ ਨਹੀਂ ਹੋ ਸਕਦਾ ਕਿੱਲ ਗੱਡਣ ਨਾਲ ਨਹੀਂ ਹੋ ਸਕਦਾ ਅਖੀਰੀ ਟੇਬਲ 'ਤੇ ਆ ਕੇ ਗੱਲਬਾਤ ਕਰਕੇ ਹੀ ਇਸ ਦਾ ਹੱਲ ਲੱਭਿਆ ਜਾ ਸਕਦਾ ਹੈ ਔਰ ਮੈਨੂੰ ਮੈਂ ਉਮੀਦ ਕਰਦਾ ਕਿ ਹਰ ਇੱਕ ਪੱਖ ਨੂੰ ਇਹ ਉਮੀਦ ਨਹੀਂ ਛੱਡਣੀ ਚਾਹੀਦੀ ਔਰ ਸਰਕਾਰ ਵੀ ਜ਼ਰੂਰ ਮੈਨੂੰ ਉਮੀਦ ਮੈਂ ਉਮੀਦ ਰੱਖਦਾ ਵੀ ਜ਼ਰੂਰ ਇਸ ਗੱਲ ਨੂੰ ਸੋਚੇਗੀ ਜੀ ਡਾਕਟਰ ਸਾਹਿਬ ਮੈਂ ਤੁਹਾਨੂੰ ਉਹ ਇੱਕ ਗੱਲ ਯਾਦ ਕਰਾਉਣਾ ਮਨੋਜ ਕੁਮਾਰ ਝਾ ਦੀ ਵੀ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਕਿ ਇਤਿਹਾਸ ਜਿਹੜਾ ਹੈ ਨਾ ਉਹ ਸਿਖਾਉਂਦਾ ਨਹੀਂ ਪਰ ਪ੍ਰੇਰਣਾ ਜ਼ਰੂਰ ਦਿੰਦਾ ਪ੍ਰੇਰਣਾ ਜ਼ਰੂਰ ਦਿੰਦਾ ਤੁਸੀਂ ਇਤਿਹਾਸ ਤੋਂ ਸਿੱਖੋ ਕਿ ਪਿੱਛੇ ਕੀ ਹੋਇਆ ਆ ਅਤੇ ਉਹਨਾਂ ਨੇ 3-0 ਦਾ ਵੀ ਦਿੱਤਾ ਪਰ ਐਨੀ ਵੇ ਤੋਂ ਤੁਹਾਡੇ ਬਹੁਤ ਚੰਗੇ ਵਿਚਾਰ ਸੀ ਦਰਸ਼ਕੋ ਪਰ ਮੈਂ ਤੁਹਾਨੂੰ ਵਾਰ ਵਾਰ ਇਹ ਗੱਲ ਤਾਂ ਪੁੱਛ ਰਿਹਾ ਕਿ ਪ੍ਰਧਾਨ ਮੰਤਰੀ ਜੀ ਦਾ ਅੱਜ ਫਿਰ ਇੱਕ ਸਪੀਚ ਸੀ ਸ਼ਾਇਦ ਉੱਤਰ ਪ੍ਰਦੇਸ਼ 'ਚ ਕਿਸੇ ਜਗ੍ਹਾ ਸ਼ਾਇਦ ਉਹ ਵਰਚੁਅਲੀ ਮੀਟਿੰਗ ਕਰ ਰਹੇ ਹੋਣ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਬੜੇ ਹੀ ਕ੍ਰਾਂਤੀਕਾਰੀ ਕਾਨੂੰਨ ਲੈ ਕੇ ਆਇਆ ਹਾਂ ਜਿੰਨਾ ਕਿਸਾਨ ਆਤਮ ਨਿਰਭਰ ਬਣੂਗਾ ਖਾਸ ਕਰਕੇ ਜਿਹੜੇ ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਜਿਹੜੇ ਟਿੱਪਣੀਆਂ ਅੱਜ ਕੀਤੀਆਂ ਗਈਆਂ ਕਿ ਇਹ ਕਾਨੂੰਨ ਚੰਗੇ ਨੇ ਅਤੇ ਇਹ ਆਤਮ ਨਿਰਭਰ ਕਰਨਗੇ ਕਿਸਾਨ ਨੂੰ ਅਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਰਕਾਰ ਬਾਰ ਬਾਰ ਇਹ ਕਹਿ ਰਹੀ ਹੈ ਕਿ ਕਾਨੂੰਨ ਬਹੁਤ ਵਧੀਆ ਨੇ ਅਸੀਂ ਕਿਸਾਨਾਂ ਨੂੰ ਤੋਹਫਾ ਦੇ ਰਹੇ ਹਾਂ ਪਰ ਉਸਦੇ ਨਾਲ ਨਾਲ ਜਿਹੜੀ ਵੀ 11 ਰਾਊਂਡ ਦੀ ਟਾਕਸ ਹੋਈ ਆ ਉਹਦੇ ਵਿੱਚ ਇਸ ਗੱਲ ਨੂੰ ਵੀ ਪ੍ਰਵਾਨ ਕੀਤਾ ਗਿਆ ਹੈ ਕਿ ਇਹਦੇ ਵਿੱਚ 8-9 ਜਿਹੜੀਆਂ ਖਾਮੀਆਂ ਵਾ ਉਹਨਾਂ 'ਚ ਤਬਦੀਲੀ ਕੀਤੀ ਜਾ ਸਕਦੀ ਆ ਇਸ ਤੋਂ ਇਹ ਵੀ ਸਹਿਜ ਅੰਦਾਜ਼ਾ ਲੱਗ ਸਕਦਾ ਹੈ ਕਿ ਜ਼ਰੂਰ ਵੱਡੀਆਂ ਕਮੀਆਂ ਨੇ ਜਿਹੜੀ ਸਰਕਾਰ ਵੀ ਇਸ ਗੱਲ ਨੂੰ ਮੰਨਦੀ ਹੈ ਔਰ ਜਿਹੜੀ 1.5 ਸਾਲ ਲਈ ਇਹਨੂੰ ਮੁਲਤਵੀ ਕਰਨ ਲਈ ਵੀ ਤਿਆਰ ਹੋ ਗਈ ਆ ਇੱਥੋਂ ਲੱਗਦਾ ਅੰਦਾਜ਼ਾ ਕਿ ਕਮੀਆਂ ਹੈ ਸਰਕਾਰ ਨੂੰ ਇਹ ਗੱਲ ਸਿੱਧੇ ਤੌਰ 'ਤੇ ਸਵੀਕਾਰ ਕਰਨੀ ਚਾਹੀਦੀ ਹੈ ਔਰ ਇਸ 'ਤੇ ਬਹੁਤ ਗਹਿਰਾਈ ਨਾਲ ਇਸ ਦੋਗਲੀਪਨ ਨਾਲ ਦੋ ਗੱਲਾਂ ਇੱਕ ਦਿਨ ਉੱਧਰ ਕਹਿ ਦੇਣੀ ਦੂਜੇ ਦਿਨ ਉੱਧਰ ਕਹਿ ਦੇਣੀ ਮੈਨੂੰ ਨਹੀਂ ਲੱਗਦਾ ਵੀ ਇਹਦੇ ਨਾਲ ਕੋਈ ਅੱਗੇ ਹੱਲ ਨਿਕਲਦਾ ਨਜ਼ਰ ਆਊਗਾ ਸਰਕਾਰ ਨੂੰ ਵੀ ਆਪਣੀ ਕਲੈਰਿਟੀ ਦੇ ਹਿਸਾਬ ਨਾਲ ਇਸ 'ਤੇ ਸੋਚਣਾ ਚਾਹੀਦਾ ਜੀ ਜੀ ਪੰਨੂ ਸਾਹਿਬ ਤੁਹਾਡੀ ਗੱਲ ਤੋਂ ਮੈਨੂੰ ਗੱਲ ਯਾਦ ਆਈ ਕਿ ਜਿਹੜਾ ਵਿਸ਼ਵਾਸ ਆ ਜਿਹੜਾ ਟਰੱਸਟ ਆ ਉਹ ਤਾਂ ਹੀ ਨਹੀਂ ਬਣ ਰਿਹਾ ਕਿਉਂਕਿ ਅੰਦਰ ਗੱਲ ਹੁੰਦੀ ਹੈ ਕਿ ਅਸੀਂ 1.5 ਸਾਲ ਲਈ ਸਸਪੈਂਡ ਕਰ ਦਿੰਦੇ ਹਾਂ ਠੀਕ ਆ ਦੂਸਰੇ ਪਾਸੇ ਗੱਲ ਹੁੰਦੀ ਆ ਸਰਕਾਰ ਵੱਲੋਂ ਕਿਸੇ ਵੱਲੋਂ ਕਿਹਾ ਜਾਂਦਾ ਕਿ ਨਹੀਂ ਅਸੀਂ ਸ਼ੋਧ ਕਰ ਦਿੰਦੇ ਹਾਂ ਸਸਪੈਂਡ ਕਰ ਦਿੰਦੇ ਹਾਂ ਈਵਨ ਤਾਂ ਉਹਨਾਂ ਨੇ ਸੁਪਰੀਮ ਕੋਰਟ 'ਚ ਵੀ ਕਿਹਾ ਕਿ ਅਸੀਂ ਐਫੀਡੈਵਿਟ ਦੇ ਦਿੰਦੇ ਹਾਂ ਵੀ 1.5 ਸਾਲ ਲਈ ਸਸਪੈਂਡ ਕਰ ਦਿੰਦੇ ਹਾਂ ਪਰ ਕਿਸਾਨ ਲੀਡਰਸ ਜਾਂ ਆਮ ਕਿਸਾਨਾਂ ਦੇ ਮਨਾਂ ਦੇ ਵਿੱਚ ਇਹ ਆ ਕਿ 1.5 ਸਾਲ ਤੋਂ ਪਹਿਲਾਂ ਵੀ ਸੁਪਰੀਮ ਕੋਰਟ 'ਚ ਕੋਈ ਹੋਰ ਅਰਜ਼ੀ ਦੇ ਕੇ ਕੋਈ ਐਪਲੀਕੇਸ਼ਨ ਦੇ ਕੇ ਉਹਨਾਂ ਨੂੰ ਲਾਗੂ ਕਰਵਾਇਆ ਜਾ ਸਕਦਾ ਮੈਨੂੰ ਲੱਗਦਾ ਟਰੱਸਟ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਇਸ ਟਾਈਮ ਤੁਹਾਨੂੰ ਨਹੀਂ ਲੱਗਦਾ ਦੇਖੋ ਜੀ ਸਰਕਾਰ ਕਹਿੰਦੀ ਤਾਂ ਹੈ ਸਬਕਾ ਸਾਥ ਸਬਕਾ ਵਿਸ਼ਵਾਸ ਵਿਸ਼ਵਾਸ ਦੇ ਵਿੱਚੋਂ ਹੀ ਟਰੱਸਟ ਪੈਦਾ ਹੁੰਦਾ ਹੈ ਮੈਨੂੰ ਉਸ ਅੱਜ ਪ੍ਰੋਫੈਸਰ ਮਨੋਜ ਕੁਮਾਰ ਝਾ ਦੀ ਉਹ ਗੱਲ ਯਾਦ ਵੀ ਆ ਰਹੀ ਆ ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ
ਜਿਹੜੇ ਮੈਂਬਰ ਪਾਰਲੀਮੈਂਟ ਨੇ ਗੈਲਰੀ 'ਚ ਖੜ ਕੇ ਕੁਝ ਹੋਰ ਗੱਲ ਕਰਦੇ ਨੇ, ਜੀ ਜਦੋਂ ਜੀ ਟੇਬਲ ਤੇ ਜੀ ਮੇਜ਼ ਖਪਤ ਪਾਉਂਦੇ ਨੇ ਉਦੋਂ ਹੋਰ ਗੱਲ ਕਰਦੇ। ਰਾਈਟ ਰਾਈਟ ਰਾਈਟ, ਇਹ ਜਿਹੜੀ ਗੱਲ ਮੈਂ ਕਹਿ ਰਿਹਾ ਉਸੇ ਦਾ ਹੀ ਹੈ। ਸਰਕਾਰ ਨੂੰ ਕਲੈਰਿਟੀ ਰੱਖਣੀ ਚਾਹੀਦੀ ਹੈ ਕਿ ਜਿਵੇਂ ਇੱਕ ਬਿੱਲ ਜ਼ਬਾਨ 'ਚ ਕਿਹਾ ਜਾ ਰਿਹਾ ਕਿ ਕਾਨੂੰਨ ਬਿਲਕੁਲ ਪਰਫੈਕਟ ਨੇ ਫਾਇਦੇ ਵਾਸਤੇ ਨੇ, ਦੂਜੇ ਬੰਨੇ ਉਹਦੇ 'ਚ 8-9 ਗਲਤੀਆਂ ਕੱਢ ਕੇ ਅਮੈਂਡਮੈਂਟ ਕਰਨ ਲਈ ਵੀ ਤਿਆਰ ਹੋ ਜਾਣਾ। ਇਹ ਗੱਲਾਂ ਕਲੈਰਿਟੀ ਦੀ ਲੋੜ ਹੈ, ਇੱਥੇ ਸਪਸ਼ਟੀਕਰਨ ਦੀ ਲੋੜ ਹੈ ਔਰ ਇਸ 'ਚ ਸਿੱਧੀ ਨੀਤੀ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਆਪਣੀ ਐਡੀ ਵੱਡੀ ਗਰੀਬ ਜਨਤਾ ਦਾ, ਜਿੱਥੇ ਅਸੀਂ ਗਲੋਬਲ ਮਾਰਕੀਟ 'ਚ ਖੜੇ, ਆਪਣੀ ਜਨਤਾ ਦਾ ਪੱਖ ਲੈਣਾ ਚਾਹੀਦਾ। ਇੱਕ ਸੈਕਿੰਡ ਲਈ ਹੋਲਡ ਕਰੋ ਜੀ। ਹਾਂਜੀ ਪੰਨੂ ਸਾਹਿਬ, ਇੱਕ ਹੁਣ ਆ ਸਬਜੈਕਟ ਤੋਂ ਹਟ ਕੇ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਸਚਿਨ ਪਾਇਲਟ ਨੇ ਕੱਲ੍ਹ ਤੋਂ ਯਾਨੀ ਹੁਣ ਤੋਂ ਉੱਥੇ ਸ਼ੁੱਕਰਵਾਰ ਚੜ੍ਹ ਗਿਆ ਆ, ਕਿਸਾਨ ਸੰਮੇਲਨ ਕਰਨੇ ਸ਼ੁਰੂ ਕਰਤੇ ਪੂਰੇ ਰਾਜਸਥਾਨ 'ਚ, 200 ਤੋਂ ਸ਼ੁਰੂਆਤ ਕਰ ਰਿਹਾ। ਜਿਹੜੀ ਅਫਵਾਹ ਆ ਪੂਰੇ ਰਾਜਸਥਾਨ 'ਚ ਕਿ ਇਹ ਕਿਸਾਨ ਸੰਮੇਲਨ ਨਹੀਂ, ਇਹ ਗਹਿਲੋਤ ਨੂੰ ਆਪਦੀ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ ਆ, ਤੁਹਾਨੂੰ ਕੀ ਲੱਗਦਾ ਆ ਛੋਟੇ ਸ਼ਬਦਾਂ 'ਚ? ਦੇਖੋ ਜੀ, ਕਿਸਾਨ ਸਚਿਨ ਪਾਇਲਟ ਆਪਣੇ ਰਜੇਸ਼ ਪਾਇਲਟ ਦੇ ਪੁੱਤਰ ਹੈ, ਉਹ ਦੌਸਾ ਕੰਸਟੀਟੂਐਂਸੀ ਨੂੰ ਬਿਲੋਂਗ ਕਰਦੇ ਹੈ, ਜਵਾਨ ਲੀਡਰ ਹੈ, ਆਪਣੀ ਤਾਕਤ ਵਿਖਾਉਣਾ ਚਾਹੁੰਦਾ ਹੈ, ਕਿਉਂਕਿ ਇਸ ਪੋਲਿਟਿਕਸ ਦੇ ਵਿੱਚ, ਇਸ ਰਾਜਨੀਤੀ ਦੇ ਵਿੱਚ ਹਰ ਇੱਕ ਨੂੰ ਆਪਣੇ ਐਗਜ਼ਿਸਟੈਂਸ, ਆਪਣੇ ਸਪੇਸ ਬਣਾਉਣ ਦੀ ਲੋੜ ਹੈ, ਉਹ ਉਸਦਾ ਯਤਨ ਕਰ ਰਿਹਾ ਵਾ ਔਰ ਜਿਸ ਤਰ੍ਹਾਂ ਉਹਨੂੰ ਸੈਟਬੈਕ ਵੀ ਲੱਗਿਆ, ਉਹ ਆਪਣੀ ਰਿਕਵਰੀ ਚਾਹੁੰਦਾ ਆ, ਜ਼ਰੂਰ ਪ੍ਰਯਾਸ ਕਰ ਰਿਹਾ, ਬਾਕੀ ਸਮਾਂ ਦੱਸੇਗਾ ਕਿ ਉਸ ਨੂੰ ਪਬਲਿਕ ਕਿੰਨਾ ਰਿਸਪੋਂਸ ਦਿੰਦੀ। ਪੰਨੂ ਸਾਹਿਬ, ਆਪਾਂ ਇੱਕ ਇੰਪੋਰਟੈਂਟ ਮੁੱਦੇ ਵੱਲ ਚੱਲ ਰਹੇ ਹਾਂ, ਮੈਨੂੰ ਨਹੀਂ ਲੱਗਦਾ ਤੁਹਾਡੇ ਤੋਂ ਬਗੈਰ ਤੁਹਾਨੂੰ ਸ਼ਾਇਦ ਜ਼ਿਆਦਾ ਨੌਲੇਜ ਹੋਊਗੀ ਕਿ ਤੁਸੀਂ ਪੰਜਾਬ 'ਚ ਰਹੇ ਹੋ। ਹੁਣੇ ਹੀ ਜਿੱਦਾਂ ਜਿਹੜੀ ਬੀਤਾ ਦਿਨ ਗਿਆ ਆ, CBI ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਸੀਗੀ 2015 ਦੇ ਵਿੱਚ, ਉਹਦੀ ਜਿਹੜੀ ਫਾਈਲਾਂ ਆ ਉਹ ਵਾਪਸ ਪੰਜਾਬ ਪੁਲਿਸ ਨੂੰ ਸੌਂਪ ਦਿੱਤੀਆਂ। ਤੁਹਾਨੂੰ ਕੀ ਲੱਗਦਾ ਕਿ ਉਹ ਜਿਹੜੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਤੱਕ ਲਿਜਾਇਆ ਜਾਊਗਾ ਪੰਜਾਬ ਪੁਲਿਸ ਵੱਲੋਂ? ਦੇਖੋ ਜੀ, ਸਾਡੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ 5.5 ਸਾਲ ਹੋ ਚੁੱਕੇ ਨੇ ਜੀ, ਜੀ ਔਰ ਅਸੀਂ ਬੜੀ ਉਮੀਦ, ਇਸ ਨਵੀਂ ਜਿਹੜੀ ਕਾਂਗਰਸ ਦੀ ਸਰਕਾਰ ਆਈ ਸੀ ਉਸ ਤੋਂ ਉਮੀਦ ਲਾਈ ਬੈਠੇ ਸਾਂ ਵੀ ਇਹ ਸਰਕਾਰ ਜ਼ਰੂਰ ਸਾਨੂੰ, ਇਸ ਨੂੰ ਵੀ 4 ਸਾਲ ਹੋ ਗਏ ਨੇ, ਜਿਸ ਤਰ੍ਹਾਂ ਕਿ CBI ਨੇ ਆਪਣੀਆਂ ਫਾਈਲਾਂ ਕਾਗਜ਼ ਪੱਤਰ ਪੰਜਾਬ ਪੁਲਿਸ ਨੂੰ ਦੇ ਦਿੱਤੇ ਆ, ਸਾਡੀ ਉਮੀਦ ਤਾਂ ਬਣਦੀ ਹੈ। ਦੇਖੋ, ਕੈਪਟਨ ਸਰਕਾਰ, ਕਾਂਗਰਸ ਦੀ ਸਰਕਾਰ ਇਸ ਨੂੰ ਕਿੰਨੀ ਕੁ ਤੇਜ਼ੀ ਨਾਲ ਅੱਗੇ ਨਿਪਟਾਰੇ ਵੱਲ ਨੂੰ ਖੜਦੀ ਆ, ਇਹ ਵੇਖਣ ਦਾ ਵਿਸ਼ਾ ਹੋਏਗਾ ਜੀ। ਪੰਨੂ ਸਾਹਿਬ, ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਦਰਸ਼ਕੋ, ਮੈਂ ਤੁਹਾਨੂੰ ਬੜਾ ਕਲੀਅਰ ਕਰਦਾ ਕਿ ਜਿਹੜੀ ਗੱਲ ਮੈਂ ਡਾਕਟਰ ਚਰਨਜੀਤ ਸਿੰਘ ਪੰਨੂ ਨੂੰ ਪੁੱਛੀ ਸੀਗੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜੋ 2015 'ਚ, ਉਹ ਮੈਂ ਤੁਹਾਨੂੰ ਦੱਸਦਾ ਕਿ ਕਰੀਬ 2015 ਦੇ ਵਿੱਚ ਫਰੀਦਕੋਟ ਕੋਲੇ ਬੁਰਜ ਜਵਾਰ ਸਿੰਘ ਵਾਲਾ ਅਤੇ ਬਰਗਾੜੀ ਪਿੰਡ ਕੋਲੇ ਕੋਲੇ ਨੇ, ਉੱਥੋਂ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਚੋਰੀ ਕੀਤੇ ਗਏ ਸੀ। ਫਿਰ ਕੁਛ ਦਿਨਾਂ ਪਿੱਛੋਂ, ਕੁਛ ਮਹੀਨੇ ਵੀ ਪੈ ਗਏ ਸੀ, ਉਹਨਾਂ ਦੇ ਜਿਹੜੇ ਪੱਤਰੇ ਜਿਸ ਹਿਸਾਬ ਨੂੰ ਆਪਾਂ ਗੁਰੂ ਸਾਹਿਬ ਦੇ ਅੰਗ ਕਹਿੰਦੇ ਹਾਂ, ਉਹ ਬੜੀ ਬੇਅਦਬੀ ਨਾਲ ਅੱਡ ਅੱਡ ਜਗ੍ਹਾ ਤੋਂ ਮਿਲੇ ਆ, ਜੋ ਕਿ ਮੈਂ ਆਪਦੀ ਜ਼ਬਾਨ ਨਾਲ ਬਿਆਨ ਵੀ ਨਹੀਂ ਕਰ ਸਕਦਾ ਕਿੱਥੋਂ ਕਿੱਥੋਂ ਮਿਲੇ ਆ। ਉਸ ਤੋਂ ਬਾਅਦ ਕਈ ਅਪ ਐਂਡ ਡਾਊਨਸ ਆਏ, ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਰੋਜ਼ ਵਜੋਂ ਆਪਣੇ ਕੋਟਕਪੁਰੇ ਕੋਲ ਬੈਬਲ ਕਲਾਂ ਪਿੰਡ ਦੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਪੁਲਿਸ ਕੋਲੋਂ ਗੋਲੀ ਵੀ ਚੱਲੀ, ਅਤੇ ਇੱਕ ਗੁਰਜੀਤ ਸਿੰਘ ਅਤੇ ਇੱਕ ਕ੍ਰਿਸ਼ਨ ਭਗਵਾਨ ਸਿੰਘ ਨਾਮ ਦੇ ਦੋ ਬੰਦਿਆਂ ਦੀ ਜੋ ਹੱਤਿਆ ਵੀ ਹੋ ਗਈ ਸੀ ਉਸ ਟਾਈਮ। ਤਾਂ ਉਹ ਜਿਹੜਾ ਕੇਸ ਬਹੁਤ ਲੰਮਾ ਲਮਕਿਆ, ਉਸ ਤੋਂ ਬਾਅਦ ਇੱਕ ਹੋਰ ਸੰਸਥਾ ਡੇਰੇ ਵੱਲ ਵੀ ਗੱਲਾਂ ਗਈਆਂ, ਉਹ ਬਾਅਦ ਦੀਆਂ ਗੱਲਾਂ ਨੇ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਉਹਦੀ ਜਿਹੜੀ ਜਾਂਚ ਸੀਗੀ ਉਹ CBI ਨੂੰ ਸੌਂਪ ਦਿੱਤੀ ਗਈ ਸੀ। ਹੁਣ ਥੋੜ੍ਹਾ ਚਿਰ ਪਹਿਲਾਂ ਉਹ ਅੱਜ ਦੇ ਦਿਨ ਹੀ ਦੁਬਾਰਾ CBI ਨੇ ਉਹ ਜਾਂਚ ਪੰਜਾਬ ਪੁਲਿਸ ਹਵਾਲੇ ਕਰ ਦਿੱਤੀ ਹੈ। ਇਹਦਾ ਰਿਜ਼ਲਟ ਕੀ ਆਊਗਾ, ਇਹ ਭਵਿੱਖ ਦੀ ਬੁੱਕਲ 'ਚ। ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਇੱਦਾਂ ਹੀ ਬਣੇ ਰਹੋ। ਸਵਾਗਤ ਜੀ ਤੁਹਾਡੇ ਸਾਰੇ ਦਰਸ਼ਕਾਂ ਦਾ, ਫਿਰ ਮੈਂ ਗੁਰਲਾਲ, ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ TV, ਟਿਊਜ਼ਡੇ, ਵੈਂਸਡੇ, ਥਰਸਡੇ ਸ਼ਾਮ ਨੂੰ 9 ਵਜੇ ਪੱਖ ਦੇ ਮੁੱਦਿਆਂ 'ਤੇ ਲੈ ਕੇ ਤੁਸੀਂ ਵੀ ਸਾਡੇ ਨਾਲ ਵਿਚਾਰ ਸਾਂਝੇ ਕਰ ਸਕਦੇ ਹੋ। ਮੈਂ ਗੱਲ ਮਨੋਜ ਕੁਮਾਰ ਝਾਅ ਦੀ ਸਪੀਚ ਦੀ ਕਰ ਰਿਹਾ ਸੀਗਾ, ਪਰ ਆਪਣੇ ਨਾਲ ਕਾਲਰ ਜੁੜ ਗਏ ਨੇ ਬਾਜਵਾ ਸਾਹਿਬ ਸ਼ਿਕਾਗੋ ਤੋਂ, ਉਹਨਾਂ ਦੇ ਵਿਚਾਰ ਲੈਂਦੇ ਹਾਂ।
ਬਾਜਵਾ ਸਾਹਿਬ ਕੱਟ ਗਏ ਆਪਣੇ ਦੂਸਰੇ ਕਾਲਰ ਨੇ ਲਾਈਨ ਤੇ। ਹਾਂਜੀ ਸਤਿ ਸ਼੍ਰੀ ਅਕਾਲ ਪਾਲ ਸਿੰਘ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਦੇਖੋ, ਜਿਵੇਂ ਤੁਸੀਂ ਕਿਹਾ ਅੱਜ ਇੰਡੀਆ ਦੇ ਵਿੱਚ 5 ਫਰਵਰੀ ਹੋ ਗਈ ਹੈ ਜੀ ਜੀ, ਤੇ ਮੈਂ ਤੁਹਾਡਾ ਇੱਕ 5 ਫਰਵਰੀ 1979 ਚ ਅੱਜ ਤੋਂ ਤਕਰੀਬਨ 42 ਸਾਲ ਪਹਿਲੇ ਇੱਕ ਘਟਨਾ ਅਮਰੀਕਾ ਚ ਵਾਪਰੀ ਸੀ ਜੀ ਜੀ। ਉਹ ਘਟਨਾ ਇਹ ਸੀ ਕਿ ਆਮ ਮੂਵਮੈਂਟ ਚੱਲੀ ਸੀ ਹੈਗੀ ਸੀਗੀ, ਇੱਕ ਅਮੈਰੀਕਨ ਐਗਰੀਕਲਚਰ ਮੂਵਮੈਂਟ ਜੀ, ਤੇ ਉਸ ਮੂਵਮੈਂਟ ਦੇ ਤਹਿਤ ਵਾਸ਼ਿੰਗਟਨ DC ਦੇ ਵਿੱਚ 1000 ਤੋਂ ਥੱਲੇ ਤਕਰੀਬਨ 900 ਦੇ ਕਰੀਬ ਜਿਹੜੇ ਟਰੈਕਟਰ ਸਨ, ਉਹਨੂੰ ਟਰੈਕਟਰੇਟ ਦਾ ਨਾਂ ਦਿੱਤਾ ਗਿਆ ਸੀ। ਉਹਨਾਂ ਨੇ ਵਾਸ਼ਿੰਗਟਨ DC ਜਿਹੜਾ ਅਮੈਰੀਕਾ ਦੇ ਰਾਜ, ਉੱਥੇ ਜਾ ਕੇ ਉੱਥੇ ਉਹਨਾਂ ਨੇ ਮਾਰਚ ਕੀਤਾ ਸੀਗਾ ਕਿਸਾਨਾਂ ਨੇ ਆਪਣੀ ਮੰਗਾਂ ਦੇ ਹੱਕ ਲਈ ਜੀ, ਤੇ ਜਿਹੜੇ ਉਹਨਾਂ ਨੇ ਕਿਸਾਨਾਂ ਨੇ ਮੰਗਾਂ ਤੇ ਉਹਦੀ ਆਪਣੀ ਆਵਾਜ਼ ਲਾ ਕੇ ਲੋਕਾਂ ਦੀ ਜਿਹੜੀ ਆਪਣੀ ਆਵਾਜ਼ ਨੂੰ ਅਮੈਰੀਕਨ ਲੋਕਾਂ ਨੂੰ ਦੱਸਣ ਵਾਸਤੇ ਕਿ ਅਸੀਂ ਕਿਸਾਨਾਂ ਨੂੰ ਕੀ ਤਕਲੀਫ ਹੈ ਜੀ, ਤੇ ਉਸ ਉਸ ਜਿਹੜੀ ਮੂਵਮੈਂਟ 1000 ਤੋਂ ਥੱਲੇ ਦੀ ਮੂਵਮੈਂਟ ਹੈ, ਇੱਕ ਅਮੈਰੀਕਨ ਜਿਹੜੀ ਹੈਗੀ ਹੈ ਐਗਰੀਕਲਚਰ ਮੂਵਮੈਂਟ ਹੈਗੀ ਸੀ ਜਿਹੜੀ, ਉਹਨੇ ਇੱਕ ਅਮੈਰੀਕਨ ਜਿਹੜੀ ਸੋਚ ਨੂੰ, ਗੌਰਮੈਂਟ ਦੀ ਸੋਚ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸੀ ਜੀ ਜੀ ਜੀ। ਸਰਕਾਰ ਉਸ ਤੋਂ ਬਾਅਦ ਜਿਹੜੀ ਉਹਨੂੰ ਇਹ ਸੋਚਣਾ ਪਿਆ ਕਿ ਇਹ ਕਿਸਾਨਾਂ ਦੀ ਜਿਹੜੀਆਂ ਹੈਗੀਆਂ ਨੇ ਡਿਫਿਕਲਟੀਜ਼, ਉਹ ਉਹਨਾਂ ਨੇ ਸੋਚਿਆ ਉਸ ਬਾਰੇ। ਤੇ ਦੂਜੀ ਗੱਲ ਮੈਂ ਕਹਿਣਾ, ਮੋਦੀ ਜੀ, ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕਿ ਮੋਦੀ ਜੀ ਇੰਡੀਆ ਨੂੰ ਅਮੈਰੀਕਾ ਬਣਾਉਣਾ ਚਾਹੁੰਦੇ ਨੇ, ਤੇ ਟਰੰਪ ਸਾਹਿਬ ਸਾਡੇ ਅਮੈਰੀਕਾ ਨੂੰ ਇੰਡੀਆ ਬਣਾਉਣਾ ਚਾਹੁੰਦੇ ਸਨ ਜੀ ਜੀ। ਦੇਖੋ ਦੋਨਾਂ ਦੇ ਹਾਲਾਤ ਬੜੇ ਵੱਖਰੇ ਨੇ। ਹਾਂਜੀ ਹਾਂਜੀ, ਜਿਹੜਾ ਕਹਿੰਦੇ ਨੇ ਅਜੇ ਇੰਡੀਆ ਦੀ ਜਿਹੜੀ ਇਕਾਨਮੀ, ਉਹ ਕਹਿੰਦੇ ਨੇ ਅਸੀਂ 5 ਟ੍ਰਿਲੀਅਨ ਦੀ ਕਰਨੀ ਜੀ ਜੀ, ਸੁਪਨਾ ਲੈ ਰਹੇ ਨੇ, ਤੇ ਅਮੈਰੀਕਾ ਨੇ $5 ਟ੍ਰਿਲੀਅਨ ਜਿਹੜੇ ਨੇ ਇਹ ਇਸ ਦੌਰਾਨ ਜਿਹੜਾ ਜਸੂਬਤ ਹੋਇਆ ਉਹ ਲੋਕਾਂ ਦੇ ਵਿੱਚ ਵੰਡ ਦਿੱਤੇ ਨੇ। ਬਿਲਕੁਲ ਜੀ, ਸਹੀ ਗੱਲ ਕਹਿ ਰਹੇ ਹੋ ਤੁਸੀਂ। ਹਾਂ ਤੇ ਫਿਰ ਦੱਸੋ ਇਹ ਕਿੱਥੇ ਕਰੇ ਆਣੇ ਆ। ਹਾਂਜੀ ਹਾਂਜੀ, ਤੇ ਦੂਜੀ ਇਹ ਸਿਰਫ ½ ਟ੍ਰਿਲੀਅਨ ਜਿਹੜੀ ਹੈਗੀ ਇਸ ਬਜਟ 'ਚ ਇਹਨਾਂ ਕੀਤਾ ਵੀ ਗੌਰਮੈਂਟ ਇਹ ਖਰਚ ਕਰੇਗੀ ਇੰਡੀਆ 'ਚ, ਤੇ ਇੰਡੀਆ ਨੂੰ ਅਮੈਰੀਕਾ ਬਣਾ ਦੇਗੀ, ਸਵਰਗ ਬਣਾ ਦੇਗੀ ਜੀ 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 ਜੀ। ਤੇ ਦੇਖੋ ਇੰਡੀਆ ਦੇ ਜਿਹੜਾ ਹਾਲਾਤ ਹੈ, ਛੋਟਾ ਕਿਸਾਨ ਹੈ। ਹਾਂਜੀ ਹਾਂਜੀ, ਉਹ ਛੋਟਾ ਕਿਸਾਨ ਜਿਹੜੀ ਹੈ ਬਹੁਤ ਵਧੀਆ ਸੋਚਦੇ ਅਮੈਰੀਕਨ ਰੱਖਦੇ ਹੋ ਜੀ, ਜਿਹੜੇ ਪੈਸੇ ਤੁਹਾਡੇ ਕੋਲ ਹੈ ਨੀ ਇੰਨੇ ਕਿ ਜਿਹੜਾ ਤੁਸੀਂ ਉਹ ਕਿਸਾਨ ਦੀ ਕੋਈ ਕਰ ਸਕੋ, ਇਸ ਕਰਕੇ ਉਹ ਜਿਹੜੀ ਮਿਨੀਮਮ ਸਪੋਰਟ ਪ੍ਰਾਈਜ਼ ਹੈ MSP ਉਹ ਵੀ ਕਹਿੰਦੇ ਨੇ, ਤੇ ਮਿਨੀਮਮ ਜਿਹੜੀ ਹੈਗੀ ਹੈ ਰਿਟੇਲ ਪ੍ਰਾਈਸ MRP ਉਹ ਵੀ ਕਿਸਾਨ ਚਾਹੁੰਦੇ ਨੇ MRP ਜੀ ਜੀ। ਜਿਹੜਾ ਕਿਸਾਨਾਂ ਦਾ ਜਿਹੜਾ ਸ਼ੋਸ਼ਣ ਹੋ ਰਿਹਾ ਨਾ ਇਸ ਦੇ ਵਿਚਾਰੇ, ਪਹਿਲਾਂ ਦੇਖੋ ਨਾ ਅੱਗੇ ਪਿੱਛੇ ਮੋਦੀ ਜੀ ਦੇ ਰਾਜ ਦੇ ਵਿੱਚ ਜਿਹੜੇ ਹੈਗੇ ਸਨ ਜਵਾਨ ਵੀ, ਪੈਨਸ਼ਨ ਤੇ ਜਾਣਾ ਇਹਨਾਂ ਨੇ ਵਾਅਦਾ ਕੀਤਾ ਸੀਗਾ, ਉਹਦੇ ਵਿੱਚ ਵੀ ਉਹ ਦਿੱਲੀ ਆ ਕੇ ਬੈਠੇ ਸਨ, ਤਾਂ ਕਰ ਉਹਦੇ ਵਿੱਚ ਜੰਤਰ ਮੰਤਰ ਤੇ ਅੱਗੇ ਤੇ ਆਣ ਦਿੱਤਾ ਸੀਗਾ। ਤੇ ਇਹਨਾਂ ਨੂੰ ਕਿਸਾਨਾਂ ਜਿਹੜੇ ਜਿਹੜੇ ਲੱਖਾਂ ਦੇ ਇਹਦੇ ਚ ਟਰੈਕਟਰ ਲੈ ਕੇ ਆਏ ਨੇ, ਇਹਨਾਂ ਦੀ ਆਵਾਜ਼ ਜਿਹੜੀ ਗੂੰਜ ਹੈ ਉਹ ਹਰ ਸਾਰੇ ਵਰਲਡ ਚ ਗੂੰਜੀ ਹੈ। ਬਸ ਮੈਂ ਉਹੀ ਕਹਾਂਗਾ ਜਿਹੜੀ ਰਾਜ ਸਭਾ ਦੇ ਵਿੱਚ ਉਹਦੇ 4 ਸਾਲ ਦੀ ਮੈਂ ਵੀ ਤਰੀਕੇ ਸਾਹਿਬ ਵੀ ਕੁਛ ਚੁਣਿਆ, ਬਹੁਤ ਸੋਹਣਾ ਤੁਸੀਂ ਕਰ ਰਹੇ ਹੋ ਓਪਨ ਪਲੇਟਫਾਰਮ, ਆਈ ਥਿੰਕ ਦ ਗੁੱਡ ਸੈਂਸ ਵਿਲ ਪ੍ਰਵੇਲ ਜੀ ਜੀ। ਤੇ ਜਿਹੜਾ ਕੋਈ ਐਮੀਕੇਬਲੀ ਜਿਹੜਾ ਸੈਟਲਮੈਂਟ ਹੋਵੇ ਕਿ ਜਿਹੜੀ ਇਸ ਕਰਕੇ ਜਿਹੜਾ ਇਹ ਦੇਖੋ ਕੋਈ ਉਹ ਦੁਸ਼ਮਣ ਬੈਠੇ ਨੇ, ਬਿਲਕੁਲ ਬਿਲਕੁਲ, ਜੇਕਰ ਤੁਸੀਂ ਇੱਕ ਸਰਾਦਿਕ ਤੁਸੀਂ ਉਹਨਾਂ ਦਾ ਪਾਣੀ ਕੱਟਿਆ, ਬਿਜਲੀ ਕੱਟਤੀ, ਇੰਟਰਨੈਟ ਕੱਟਤਾ, ਹਾਂਜੀ ਹਾਂਜੀ ਹਾਂਜੀ, ਕੀ ਹੈਗਾ ਇਸ ਇਟ ਡੈਮੋਕ੍ਰੇਸੀ, ਢਾਹ ਲੱਗ ਰਹੀ ਜੀ ਲੋਕਤੰਤਰ ਨੂੰ ਢਾਹ ਲੱਗ ਰਹੀ। ਬਿਲਕੁਲ, ਬਸ ਚਲੋ ਮੈਂ ਉਹੀ ਕਰਦਾ ਫੀਲ ਕਰਨਾ ਕਿ ਇਹ ਹੈਗਾ ਕਿ ਸੁੱਖੀ ਸਾਂਦੀ ਕਰਕੇ ਕਿਸੇ ਐਮੀਕੇਬਲੀ ਸੈਟਲਮੈਂਟ ਤੇ ਪਹੁੰਚਣ। ਹਾਂਜੀ ਹਾਂਜੀ, ਦੇਖੋ ਉੱਥੇ ਇਸ ਵਕਤ ਬਰਸਾਤ ਹੋ ਰਹੀ ਹੈ, ਹਾਂਜੀ ਹਾਂਜੀ, ਪਾਣੀ ਆ ਰਿਹਾ ਜੀ, ਨਾਲੇ ਜਿਹੜੀ ਹੈ ਮੂਵਮੈਂਟ ਜਿਹੜੀ ਹੈਗੀ ਹੈ ਪੰਜਾਬ ਤੋਂ ਸ਼ੁਰੂ ਤੋਂ ਹੋਈ ਹੈ, ਹਾਂਜੀ, ਇਹ ਜਾ ਕੇ ਹੁਣ UP। ਜੀ ਹਾਂਜੀ, ਇਹ UP ਦੀ ਜਿਹੜੀਆਂ 80 ਸੀਟਾਂ ਹੈਗੀਆਂ ਨੇ, UP ਦੇ ਵਿੱਚ ਜਿਹੜੀਆਂ 80 ਸੀਟਾਂ ਹੈਗੀਆਂ ਨੇ ਉਹ ਵੀ ਜਿਹੜੀਆਂ ਨੇ ਇਹਦੇ ਚ ਉਹਨਾਂ ਦੇ ਇਹਨਾਂ ਨੂੰ ਸੋਚਣਾ ਪਏਗਾ ਕੀ ਹੋਏਗਾ ਸਾਰੇ ਮੁੱਦੇ ਜੀ ਜੀ। ਉਸ ਚੀਜ਼ ਦਾ ਵੀ ਉਹ ਹਰ ਪਾਸਾ ਰੱਖ ਕੇ ਤਾਂ ਚੱਲ ਰਹੇ ਆ, ਪਰ ਬਹੁਤ ਬਹੁਤ ਧੰਨਵਾਦ ਪਾਲ ਸਿੰਘ ਜੀ ਤੁਹਾਡਾ ਕਾਲ ਕਰਨ ਦਾ ਜੀ। ਓਕੇ ਜੀ, ਥੈਂਕ ਯੂ। ਓਕੇ ਜੀ ਬਾਜਵਾ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ।
हाँ जी सत श्री अकाल जी सर अपने भंडार साहब। हाँ जी सत श्री अकाल बाजवा साहब। हाँ जी की कहना चाहते हैं जी? हाँ जी। हेलो। हाँ जी हाँ जी तुसी ऑन एयर हो जी। हाँ जी हाँ जी ये जरा मतलब अपना जो मसला चल रहा है ना जी 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 इनू मतलब सुलझाने वास्ते गवर्नमेंट से जो अपने किसान है इन्हों के जिम्मे गलबात चलेगी डिस्कशन नाल ही साल होगा। हाँ जी वो तो दौरा ही नहीं कोई। हाँ जी ये विच ना जी ये जी सारी चीज है। हाँ जी इन थोड़ा जा समझने की लोड़ है जे दो चार मिनट हो जिन्ना क मैं हिसाब लाया मैं दसना चाहना जी जी। देखो भी ये जी प्रॉब्लम है ये पहला जेनेसिस भी बनी किवे जी ये बनी है पिछले तीन चालिया साल च अज नहीं बनी जी क्योंकि जिमीदार बेचारा मार खांदा रहा ओदा बहुत नुकसान हुंदा रहा जी। हुण जदों ओ चीज बनी अज ओ बिलकुल जदों एक्सट्रीम हो गया इन्होंने बिल बनाते। हां जी हां जी जिहड़े हुण इन्होंने बिल बनाए आ जिवें अज आपां इक ओ वरी करन वाली गल नहीं है भी अमेरिका ने इत्थों बयान दिता क्योंकि जो अमेरिका ने बयान दिता है यही प्रॉब्लम है कि अमेरिका ने भी समझ नहीं और मोदी होरां ने नकल मारी है। उन्होंने बड़ा बैलेंस बयान दिता जी उन्होंने जो दूजा बयान से हाईलाइट नहीं होया बाद मैं तुहाडा शेयर करूंगा तुसी कह रही हो ना जी। हाँ जी हुण ये जिहड़ी चीज है ना जी जिहड़े उन्होंने बिल बनाए हैं जी वो एक मॉडर्न एग्रीकल्चर दे बना दिते जिहो जिहां कंट्रियां च अमेरिका च अज दे दिन च एग्रीकल्चर है। राइट राइट जिहड़ा इंडिया दा एग्रीकल्चर है वो तो 150 साल पिछे है। राइट राइट अब्बल तो ज्यादा इन्ना चलो कॉल लेके चलो सारा पढ़ता सी। हां जी हां अमेरिका ने ये प्रॉब्लम्स पिछले 100 सालां च सॉल्व कीतीयां जिदे नाल इंडिया हुण जूझ रिहा। राइट राइट सो इंडिया नूं उस सिस्टम दे विचों निकलना पएगा। नाले दूजी गल बाजवा साहब ये भी है ना कि जिहड़ी वड्डी प्रॉब्लम है जदों अमेरिका दा बयान आया जदों इन्हां दे जदों रिवोल्ट होई सी सिचुएशन ਇਹ ਕੰਟਰੀਆਂ ਯੂਰਪ ਹੋ ਗਿਆ ਕੈਨੇਡਾ ਇਹ ਕੰਟਰੀਆਂ ਕੋਲ ਇਹ ਇੰਨੀ ਕੁ ਸਰਪਲਸ ਮਨੀ ਰੱਖਦੇ ਆ ਉਸ ਪਾਸੇ ਐਗਰੀਕਲਚਰ ਵਾਸਤੇ ਕਿ ਇੱਕ ਤਾਂ ਇੰਸ਼ੋਰੈਂਸ ਹੁੰਦੀ ਆ ਕ੍ਰੋਪਸ ਦੀ ਦੂਜੀ ਜੇ ਕੋਈ ਕੁਦਰਤੀ ਵਿਪਦਾ ਪੈ ਜਾਵੇ ਤਾਂ ਇਹ ਗੌਰਮੈਂਟ ਉਹਨਾਂ ਨੂੰ ਉਹਨਾਂ ਲਈ ਸਪੈਸ਼ਲ ਪੈਕੇਜ ਰੱਖਦੀਆਂ ਜਿਹੜੀ ਕਿ ਇੰਡੀਆ ਗੌਰਮੈਂਟ ਕੋਲ ਉਹ ਸਰਪਲਸ ਮਨੀ ਹਲੇ ਹੈ ਨਹੀਂ। ਹਾਂ ਬਿਲਕੁਲ ਬਿਲਕੁਲ ਸੋ ਇਸ ਕਰਕੇ ਇੰਡੀਆ ਨੂੰ ਇਸ ਟਾਈਮ ਕੀ ਚਾਹੀਦਾ ਹੈ ਕਿ ਜਿਹੜਾ ਰੂਰਲ ਸੈਕਟਰ ਹੈ ਉਹਨਾਂ ਦਾ ਜੀ 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 ਉਹਨੂੰ ਉਹ ਡਿਵੈਲਪ ਕਰਨ ਔਰ ਰੂਰਲ ਸੈਕਟਰ ਨੂੰ ਜਦੋਂ ਡਿਵੈਲਪ ਕਰਨਗੇ ਲੋਕਾਂ ਦੀ ਹਾਲਤ ਚੰਗੀ ਹੋਊਗੀ ਜਦੋਂ ਤੁਹਾਡੀ ਹਾਲਤ ਚੰਗੀ ਹੋਊਗੀ ਜਦੋਂ ਤੁਹਾਡੇ ਬੱਚੇ ਪੜ੍ਹੇ ਹੋਣਗੇ ਉਹ ਕਿਸੇ ਹੋਰ ਪਾਸੇ ਨੂੰ ਜਾਣ ਦੀ ਸੋਚਣਗੇ। ਰਾਈਟ ਰਾਈਟ ਔਰ ਜਿਹੜੀ ਜਿਹੜੀ ਫਿਰ ਜ਼ਮੀਨ ਹੈ ਫਿਰ ਤੁਸੀਂ ਉੱਥੇ ਕੰਟਰੈਕਟ ਫਾਰਮਿੰਗ ਲਿਆਓ ਫਿਰ ਤੁਸੀਂ ਵੱਡਾ ਜ਼ਿਮੀਂਦਾਰਾ ਕਰਾਓ ਹੁਣ ਗੱਲ ਤਾਂ ਉੱਥੇ ਤਾਂ ਰੋਟੀ ਖਾਣ ਦਾ ਕੰਮ ਹੈ ਉਹ ਜਿਹੜੇ ਬੱਚੇ ਜਿਹੜੇ ਪਿੰਡਾਂ 'ਚ ਰਹਿੰਦੇ ਹੈ ਉਹਨਾਂ ਨੂੰ ਅਸੀਂ ਪੜ੍ਹਾਇਆ ਨਹੀਂ ਹੈ ਇੰਡੀਆ 'ਚ ਉਹਨਾਂ ਨੂੰ ਪਿੱਛੇ ਸਿੱਟਤਾ ਜੀ ਜੀ ਉਹਨਾਂ ਉਹ ਕਿਹੜੇ ਕੰਪਿਊਟਰ 'ਤੇ ਬਹਿ ਕੇ ਕਿੱਥੇ ਜਾ ਕੇ ਉਹ ਕੰਮ ਕਰ ਲੈਣਗੇ ਸੋ ਇਸ ਕਰਕੇ ਇਹ ਤਾਂ ਹੀ ਇਹ ਮਸਲਾ ਬਣਿਆ ਕਿ ਸਾਰੇ ਲੋਕ ਇਕੱਠੇ ਹੋ ਗਏ ਉਹ ਗਰੀਬ ਆਦਮੀ ਆ ਜਿਹੜੇ ਲੋਕ ਇਕੱਠੇ ਹੋਏ ਆ ਉਹਨਾਂ ਦੀ ਬੜੀ ਜਸਟ ਡਿਮਾਂਡ ਹੈ ਔਰ ਇਹਨੂੰ ਇਹ ਮਤਲਬ ਇਹਦੇ ਸਲਿਊਸ਼ਨ ਹੈਗੇ ਆ ਇਹ ਇਕੱਠੇ ਜਾ ਸਕਦੇ ਆ ਪਰ ਸਿਰਫ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈ ਜੀ ਜਿਹੜਾ ਉਹਨਾਂ ਦਾ ਉੱਥੋਂ ਦਾ ਅਮਲਾ ਫੈਲਾ ਹੈ ਮੈਂ ਤਾਂ ਬੜਾ ਓਪਨਲੀ ਕਹਿ ਸਕਦਾ ਜਿਨ੍ਹਾਂ ਨੇ ਬਿੱਲ ਬਣਾਏ ਆ ਭਾਜੀ ਉਹਨਾਂ ਨੂੰ ਕੋਈ ਸਮਝ ਨਹੀਂ ਉਹਨਾਂ ਨੇ ਐਵੇਂ ਕਿਤੋਂ ਨਕਲ ਮਾਰ ਕੇ ਲਿਖ ਦਿੱਤੇ ਆ ਮੈਂ ਇਹਨਾਂ ਨੂੰ ਬੜਾ ਡਿਟੇਲ 'ਚ ਪੜ੍ਹਿਆ ਇਹਦੇ ਵਿੱਚ ਬਾਜੀ ਸਾਹਿਬ ਮੈਂ ਵੀ ਇਹ ਗੱਲ ਸੋਚਦਾ ਸੀ ਕਿ ਜਦੋਂ ਕੋਈ ਬਿੱਲ ਬਣਦਾ ਆ ਕੋਈ ਕਾਨੂੰਨ ਬਣਦਾ ਆ ਆਈਏਐਸ ਆਫੀਸਰਸ ਹੁੰਦੇ ਆਈਏਐਸ ਆਫੀਸਰਸ ਉਹਨਾਂ ਦਾ ਇਕੱਲਾ ਇੱਕ ਦੋ ਨਹੀਂ ਹੁੰਦੇ ਘੱਟੋ ਘੱਟ 25 ਆਈਏਐਸ ਆਫੀਸਰ ਫਿਰ ਉਹਨਾਂ ਦੇ ਸੈਕਟਰੀ ਫਿਰ ਜੁਆਇੰਟ ਸੈਕਟਰੀ ਹੁੰਦਾ ਪਹਿਲਾਂ ਉਹ ਲਿਖਦੇ ਆ ਫਿਰ ਉਹ ਬਿੱਲ ਬਣ ਕੇ ਡਰਾਫਟ ਬਣਦਾ ਉਹਨਾਂ ਦਾ ਡਰਾਫਟ ਤੋਂ ਬਾਅਦ ਦੁਬਾਰਾ ਬਿੱਲ ਬਣਦੇ ਆ ਪਤਾ ਨਹੀਂ ਕਿੰਨੇ ਕਿੰਨੇ ਛਾਨਣੀ ਦੇ ਵਿੱਚ ਦੀ ਲੰਘ ਕੇ ਅਤੇ ਕਿਸੇ ਨੇ ਪੜ੍ਹਿਆ ਹੀ ਨਹੀਂ ਹੋਊਗਾ ਕਿ ਕਿੰਨੇ ਕਲਾਸ ਆ ਜਿਹੜੇ ਇਸ ਟਾਈਮ ਪੜ੍ਹੇ ਲਿਖੇ ਬਲਵੀਰ ਸਿੰਘ ਰਾਜੇਵਾਲ ਆਉਣੇ ਉਹਨਾਂ ਨੂੰ ਪੁਆਇੰਟ ਕਰਕੇ ਦੱਸ ਰਹੇ ਆ ਉਹਨਾਂ ਨੂੰ ਸਮਝ ਨਹੀਂ ਆ ਜੀ ਮੈਂ ਉਹਨਾਂ ਨੂੰ ਉਹਦੇ 'ਚ 470 ਕਲਾਸ ਅਤੇ ਸਬ ਕਲਾਸ ਹੈ ਹਾਂਜੀ ਹਾਂਜੀ ਬਿੱਲ ਬਿਲਕੁਲ ਅਮੈਂਡ ਨਹੀਂ ਹੋ ਸਕਦੇ ਉਹ ਪਾਸੇ ਕਰਕੇ ਔਰ ਮੇਰਾ ਫਸਟ ਹੈਂਡ ਹੈਗਾ ਐਕਸਪੀਰੀਅੰਸ ਵਿਦ ਗਵਰਨਮੈਂਟ ਆਫ ਇੰਡੀਆ ਐਂਡ ਗਵਰਨਮੈਂਟ ਆਫ ਪੰਜਾਬ ਬੀਇੰਗ ਐਨ ਆਰ ਆਈ ਅੱਜ ਤੋਂ 15 ਸਾਲ ਪਹਿਲਾਂ ਇੱਕ ਯੂਨੀਵਰਸਿਟੀ ਬਣਾਉਣ
ਮੈਂ ਉਹਨਾਂ ਨੂੰ ਅਸੀਂ ਤਿੰਨ ਚਾਰ ਬੰਦਿਆਂ ਦੀ ਟੀਮ ਸੀਗੀ ਜੀ ਉਹ ਪ੍ਰੋਜੈਕਟ ਬਣਿਆ ਪੰਜਾਬ ਵਿੱਚ ਚੱਲਦਾ ਬਹੁਤ ਜ਼ਿਆਦਾ ਕਾਮਯਾਬ ਯੂਨੀਵਰਸਿਟੀ ਹੈ ਉਹ ਹਾਂਜੀ ਸੋ ਇਸ ਕਰਕੇ ਮਿਹਨਤ ਕਰਨੀ ਪੈਂਦੀ ਹੈ ਇਹਨਾਂ ਲੋਕਾਂ ਨੇ ਮਿਹਨਤ ਨਹੀਂ ਇੱਥੇ ਕੀਤੀ ਉਹਨਾਂ ਨੂੰ ਠੋਕ ਦਿੱਤਾ ਲਿਆ ਕੇ ਆਹੀ ਤਾਂ ਹੁਣ ਪ੍ਰੋਬਲਮ ਨਾਲ ਜੂਝ ਰਹੇ ਨਾ ਉਹ ਚੀਜ਼ਾਂ ਤਾਂ ਮੁੜ ਕੇ ਬਾਹਰ ਆ ਰਹੀਆਂ ਆ ਹਾਂਜੀ ਬਹੁਤ ਬਹੁਤ ਇਹਦੇ ਚ ਤਿੰਨ ਚਾਰ ਕੜੀ ਆ 1 2 3 ਉਹ ਕਿਸੇ ਦਿਨ ਫਿਰ ਆਪਾਂ ਪ੍ਰੋਗਰਾਮ ਚ ਕਾਲ ਕਰਾਂਗੇ ਅਗਲੇ ਹਫਤੇ ਬਿਲਕੁਲ ਜੀ ਬਿਲਕੁਲ ਪਰ ਇਹ ਕਿ ਇਹ ਸਾਲ ਹੋ ਸਕਦੀ ਹੈ ਕੋਈ ਐਸੀ ਗੱਲ ਨਹੀਂ ਹੈ ਨਹੀਂ ਨਹੀਂ ਪ੍ਰੋਬਲਮ ਤਾਂ ਕੋਈ ਵੀ ਨਹੀਂ ਜਿਹੜੀ ਸਾਲ ਨਾ ਹੋ ਸਕਦੀ ਟੇਬਲ ਤੇ ਹੋ ਸਕਦੀ ਹੈ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ ਤੁਹਾਡਾ ਕਾਲ ਕਰਨ ਦਾ ਔਰ ਇੰਨੀ ਰਾਤ ਤੱਕ ਵੇਟ ਕਰਨ ਦਾ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਦਰਸ਼ਕੋ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਸਪੀਚਾਂ ਦੀ ਪਰ ਆਪਾਂ ਕੰਟੀਨਿਊ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇੱਦਾਂ ਹੀ ਬਣੇ ਰਹੋ ਸਵਾਗਤ ਜੀ ਤੁਹਾਡੇ ਸਾਰੇ ਦਰਸ਼ਕਾਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਟੀਵੀ ਮੈਂ ਗੁਰਲਾਲ ਐਵਰੀ ਟਿਊਜ਼ਡੇ ਵੈਂਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਤੁਹਾਡੇ ਰੂਬਰੂ ਨਾਲ ਭਗਦੇ ਮੁੱਦੇ ਲੈ ਕੇ ਦਰਸ਼ਕੋ ਆਪਾਂ ਗੱਲ ਕਰ ਰਹੇ ਸੀ ਜਿਹੜੀਆਂ ਰਾਜ ਸਭਾ 'ਚ ਸਪੀਚਾਂ ਹੋਈਆਂ ਜਿਹੜੀ ਸਾਰ ਤੋਂ ਦਿਲ ਟੁੰਬਣ ਵਾਲੀ ਸਪੀਚ ਸੀਗੀ ਉਹ ਸੀ ਮਨੋਜ ਕੁਮਾਰ ਝਾਅ ਦੀ ਪ੍ਰੋਫੈਸਰ ਨੇ ਉਹ ਉੱਥੇ ਦਿੱਲੀ ਦੇ ਵਿੱਚ ਅਤੇ ਉਹਨਾਂ ਨੇ ਉਸ ਸਪੀਚ ਦੇ ਵਿੱਚ ਹੋਰ ਕੀ ਗੱਲਾਂ ਕਹੀਆਂ ਤੁਸੀਂ ਵੀ ਆਪਦਾ ਸੁਝਾਅ ਦੇ ਫੋਨ ਕਰਕੇ ਆਪਦੇ ਵਿਚਾਰ ਰੱਖ ਸਕਦੇ ਹੋ ਕਿ ਇਹ ਜਿਹੜੀਆਂ ਸਪੀਚਾਂ ਹੁੰਦੀਆਂ ਕਿ ਫਰਕ ਪਾਉਣਗੀਆਂ ਆਪਾਂ ਨੂੰ ਕਿਸੇ ਸਲਿਊਸ਼ਨ ਵੱਲ ਲਿਜਾਣਗੀਆਂ ਕਿ ਨਹੀਂ ਲਿਜਾਣਗੀਆਂ ਦਰਸ਼ਕੋ ਮੈਂ ਉਹਨਾਂ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਕਿ ਤੁਹਾਡੇ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਕੋਟ ਕੀਤਾ ਪ੍ਰਧਾਨ ਮੰਤਰੀ ਜੀ ਨੂੰ ਅਤੇ ਬਾਕੀ ਮੰਤਰੀਆਂ ਨੂੰ ਕਿ ਤੁਹਾਡੇ ਸਾਥੀ ਕਹਿ ਰਹੇ ਕਿ ਸਾਡੇ ਕੋਲ 200 ਜੋ ਹੈ 82 ਚਾਹੀਦੀਆਂ ਸਾਡੇ ਕੋਲ 303 ਸੀਟਾਂ ਨੇ ਸੋ ਉਹਨਾਂ ਨੇ ਬਹੁਤ ਹੀ ਵਧੀਆ ਸੁੰਦਰ ਤਰੀਕੇ ਨਾਲ ਕਿਹਾ ਕਿ ਜੇ ਤੁਸੀਂ ਇਤਿਹਾਸ ਫਲੋ ਜੇ ਇਤਿਹਾਸ ਦੇ ਵਿੱਚ ਪਿੱਛੇ ਜਾਓ ਨਾ ਤਾਂ ਇਦੋਂ ਵੀ ਵੱਡੇ ਬਹੁਮਤ ਵਾਲੀਆਂ ਸਰਕਾਰਾਂ ਰਹੀਆਂ ਨੇ ਪਰ ਵਕਤ ਬੜਾ ਬਲਵਾਨ ਹੈ ਉਹ ਕਿੱਥੇ ਨੇ ਸਰਕਾਰਾਂ ਜੇ ਉਹਨਾਂ ਨੇ ਸਹੀ ਡਿਸੀਜਨ ਲਏ ਲੋਕ ਯਾਦ ਕਰ ਰਹੇ ਜੇ ਰੋਂਗ ਲਏ ਇਸ ਨਸ਼ੇ ਦੇ ਵਿੱਚ ਕਿ ਸਾਡੇ ਕੋਲ ਤਾਂ ਬਹੁਤ ਵੱਡਾ ਬਹੁਮਤ ਆ ਦੂਜੀ ਵਾਰ ਉਹ 3-4 ਤੇ ਹੀ ਸਿਮਟ ਗਏ ਅਤੇ ਉਹ ਬੰਦੇ ਵੀ ਨਹੀਂ ਹੈ ਕਿਉਂਕਿ ਵਕਤ ਦੇ ਵਹਿਣ ਦੇ ਵਿੱਚ ਸਭ ਕੁਝ ਚਲਾ ਜਾਂਦਾ ਇਤਿਹਾਸ ਉਹ ਚੀਜ਼ਾਂ ਇਤਿਹਾਸ ਬਣ ਜਾਂਦੀਆਂ ਉਹਨਾਂ ਨੇ ਕਿਹਾ ਕਿ ਤੁਹਾਡੇ 303 ਦੇ ਵਿੱਚ ਹੀ ਉਹਨਾਂ ਨੇ ਕਿਹਾ ਕਿ ਇਹਦੇ ਵਿੱਚੋਂ 80% ਕਿਸਾਨ ਅਤੇ ਮਜ਼ਦੂਰ ਦੀਆਂ ਵੋਟਾਂ ਨੇ ਤੁਸੀਂ ਸ਼ੁਕਰ ਕਰੋ ਜੇ ਤੁਹਾਨੂੰ ਇਹਦੇ ਵਿੱਚੋਂ 2 ਜ਼ੀਰੋਆਂ ਨਾਲ ਲੈ ਜਾਣੇ ਦੇ ਪਿੱਛੋਂ ਜਾਂ ਪਹਿਲੇ 0-3 ਬਾਅਦ ਵਾਲੇ ਰਹਿ ਗਏ ਤੁਸੀਂ 3 ਸੀਟਾਂ 'ਤੇ ਸਿਮਟ ਜਾਓਗੇ ਇਹਨਾਂ ਨੇ ਹੀ ਪਹੁੰਚਾਇਆ ਤੁਹਾਨੂੰ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਹੀ ਸੋਹਣੀ ਗੱਲ ਕਹੀ ਦਰਸ਼ਕੋ ਕਿ ਇੱਕ ਟਵੀਟ ਆਉਂਦਾ ਕਿਸੇ ਕੰਟਰੀ ਦੀ ਪੌਪ ਸਿੰਗਰ ਦਾ ਉਹਨਾਂ ਨੇ ਬੜਾ ਸੁੰਦਰ ਕੋਟ ਕੀਤਾ ਹੋਮ ਮਿਨਿਸਟਰੀ ਨੂੰ ਅਤੇ ਵਿਦੇਸ਼ ਮੰਤਰਾਲੇ ਨੂੰ ਕਿ ਇੱਕ ਕਿਸੇ ਪੌਪ ਸਿੰਗਰ ਦਾ ਟਵੀਟ ਆਉਂਦਾ ਅਤੇ ਅਸੀਂ ਆਪਦਾ ਵਿਦੇਸ਼ ਮੰਤਰਾਲੇ ਇਸ ਕੰਮ 'ਚ ਲਾ ਦਿੰਦੇ ਹਾਂ ਕਿ ਉਹਦਾ ਜਵਾਬ ਕਿੱਦਾਂ ਦਿੱਤਾ ਜਾਵੇ ਕਿਉਂ ਬਈ ਉਹ ਕਹਿੰਦੇ ਕਿ ਐਡੀ ਵੱਡਾ ਲੋਕਤੰਤਰ ਹੈ ਐਡੀ ਵੱਡੀ ਡੈਮੋਕ੍ਰੇਸੀ ਹੈ ਦੁਨੀਆ ਦੇ ਵਿੱਚ ਅਤੇ ਇੱਕ ਪੌਪ ਸਿੰਗਰ ਦੇ ਟਵੀਟ 'ਤੇ ਤੁਹਾਨੂੰ ਸਫਾਈਆਂ ਦੇਣ ਨਾ ਕਿ ਤੁਸੀਂ ਸਾਡਾ ਵਿਦੇਸ਼ ਮੰਤਰਾਲੇ ਸਫਾਈਆਂ ਦੇ ਨਾਲ ਬਾਲੀਵੁੱਡ ਸਟਾਰਾਂ ਨੂੰ ਵੀ ਨਾਲ ਲਾਉਣਾ ਪਵੇ ਉਹਦੇ ਇਹ ਕਿਉਂ ਹੋਇਆ ਕਿਉਂਕਿ ਜਿਹੜੀ ਨੀਤੀ ਹੈ ਨਾ ਜੇ ਸਾਫ਼ ਅਤੇ ਸਟਰੋਂਗ ਹੁੰਦੀ ਤਾਂ ਆਪਾਂ ਨੂੰ ਕਿਸੇ ਇੱਕ ਪੌਪ ਸਿੰਗਰ ਕੀ ਵੱਡੇ ਤੋਂ ਵੱਡੇ ਨੇਤਾ ਦਾ ਵੀ ਜਵਾਬ ਦੇਣ ਦੀ ਲੋੜ ਨਹੀਂ ਸੀ ਜੇ ਆਪਾਂ ਸਹੀ ਸੀ ਦਰਸ਼ਕੋ ਜੀ ਕੋਹ ਕਰਿਆ ਕਿ ਉਹਨਾਂ ਨੇ ਕਿੱਡੀ ਵੱਡੀ ਗੱਲ ਕਹਿਤੀ ਇਹਦੀ ਆੜ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸੋਹਣੀ ਗੱਲ ਹੋਰ ਕਹੀ ਕਿ ਅਸੀਂ ਚਾਹੁੰਦੇ ਸੀਗੇ ਕਿ ਸ਼ਾਇਦ ਕ੍ਰਿਸ਼ੀ ਕਾਨੂੰਨ ਕੋਈ ਵਧੀਆ ਆਉਣਗੇ ਉਹਨਾਂ ਨੇ ਕੋਟ ਕੀਤਾ ਕਿ ਇਹ 30-40 ਸਾਲ ਪਹਿਲਾਂ ਫਿਰ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਵੀ ਇਹ ਡਰਾਫਟ ਬਣਾਏ ਗਏ ਸੀ ਉਹਨਾਂ ਨੇ ਕਿਹਾ ਕਿ ਹੋਰ ਕਈ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੇ ਵੀ ਵਿਰੋਧ ਕੀਤਾ ਅਤੇ ਉਹਨਾਂ ਨੇ ਕੋਟ ਕੀਤਾ ਕਿ ਤੁਹਾਡੇ ਸੀਨੀਅਰ ਨੇਤਾ ਸੀਗੇ ਸ਼੍ਰੀਮਤੀ ਸੁਸ਼ਮਾ ਸਵਰਾਜ ਜੀ ਅਤੇ ਅਰੁਣ ਜੇਟਲੀ ਜੀ ਜੋ ਅੱਜ ਕੱਲ੍ਹ ਅੱਜ ਦੁਨੀਆ ਦੇ ਵਿੱਚ ਦੋਨੋਂ ਹੀ ਨਹੀਂ ਹੈ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਨੇ ਰੱਜ ਕੇ ਸਦਨ ਦੇ ਵਿੱਚ ਵਿਰੋਧ ਕੀਤਾ ਸੀਗਾ ਕਿ ਆੜਤੀਆ ਜਿਹੜਾ ਹੁੰਦਾ ਆ ਉਹ ਜ਼ਿਮੀਂਦਾਰ ਦੀ ATM ਹੁੰਦਾ ਅੱਧੀ ਰਾਤ ਨੂੰ ਵੀ ਉਹ ਜਾ ਕੇ ਪੈਸੇ ਉੱਤੋਂ ਲੈ ਸਕਦੇ ਬੜਾ ਵਧੀਆ ਉਹਨਾਂ ਨੇ ਕੋਟ ਕੀਤਾ ਕਿ ਜਦੋਂ ਐਡਾ ਵੱਡਾ ਵਿਰੋਧ ਹੋਇਆ ਤਾਂ ਉਸ ਚੀਜ਼ ਨੂੰ ਮੁੜ ਕੇ ਗੌਰਮੈਂਟ ਨੇ ਟੱਚ ਹੀ ਨਹੀਂ ਕੀਤਾ ਫਿਰ ਹੁਣ ਜਦੋਂ ਤੁਸੀਂ ਗੱਲ ਕਰਦੇ ਸੀ ਅਸੀਂ ਸੋਚਦੇ ਸੀ ਕਿ ਤੁਸੀਂ ਕੋਈ ਵਧੀਆ ਕਾਨੂੰਨ ਲੈ ਕੇ ਆਉਂਗੇ ਕਿ ਖਾਸ ਕਰਕੇ ਜਿਹੜੇ ਸਟੇਟ ਨਾਲ ਉਹ ਬਿਲੋਂਗ ਕਰਦੇ ਆ ਬਿਹਾਰ ਨਾਲ ਉਹ ਕਹਿੰਦੇ ਛੱਤੀਸਗੜ੍ਹ ਬਿਹਾਰ ਝਾਰਖੰਡ ਖਾਸ ਕਰਕੇ ਬਿਹਾਰ ਦੇ ਉਹ ਕਹਿੰਦੇ ਅਸੀਂ ਤਾਂ ਇੱਕ ਲੇਬਰ ਪ੍ਰੋਡਿਊਸ ਸਟੇਟ ਬਣ ਗਏ ਹਾਂ ਕਿਸੇ ਨੂੰ ਕੰਕਰੀਟ ਚਿਣਨ ਲਈ ਕਿਸੇ ਨੂੰ ਖੇਤੀ ਲਈ ਕਿਸੇ ਨੂੰ ਮਜ਼ਦੂਰੀ ਲਈ ਕਿਤੇ ਵੀ ਮਜ਼ਦੂਰ ਚਾਹੀਦੇ ਅਗਲਾ ਬਿਹਾਰ ਤੋਂ ਮੰਗ ਕਰਦਾ ਕਹਿੰਦੇ 10-10, 15-15 ਕਿੱਲਿਆਂ ਦੇ ਮਾਲਕ ਵੀ ਮਜ਼ਦੂਰ ਬਣ ਕੇ ਦੂਜੀਆਂ ਸਟੇਟਾਂ ਜਾਂਦੇ ਅਤੇ ਅਸੀਂ ਕਹਿੰਦੇ ਅਸੀਂ ਆਸ ਕਰਦੇ ਸੀ ਕਿ ਸਾਨੂੰ ਸਾਡੀਆਂ ਜਿਹੜੀਆਂ ਸਟੇਟਾਂ ਪੰਜਾਬ ਅਤੇ ਹਰਿਆਣੇ ਦੇ ਬਰਾਬਰ ਆ ਜਾਣਗੀਆਂ ਪਰ ਕਹਿੰਦੇ ਤੁਸੀਂ ਕੀਤਾ ਉਲਟ
ਹੁਣ ਤੁਸੀਂ ਪੰਜਾਬ ਅਤੇ ਹਰਿਆਣੇ ਨੂੰ ਬਿਹਾਰ ਬਣਾਉਣ ਲੱਗੇ ਹੋਏ ਹੋ। ਬਹੁਤ ਸੋਹਣੀ ਗੱਲ ਕਹੀ ਉਹਨਾਂ ਨੇ, ਗੱਲਾਂ ਉਹਨਾਂ ਨੇ ਬਹੁਤ ਹੋਰ ਵੀ ਬਹੁਤ ਕਹੀਆਂ, ਪਰ ਜਿਹੜੀਆਂ ਦਿਲ ਚੁੰਮਵੀਆਂ ਟੁੰਬਵੀਆਂ ਗੱਲਾਂ ਸੀ ਦਲੀਲ ਅਤੇ ਤਰਕ ਨਾਲ ਉਹਨਾਂ ਨੇ ਰੱਖੀਆਂ। ਇਸ ਤੋਂ ਲੱਗਦਾ ਸੀ ਜੇ ਕੋਈ ਸਿਆਣਾ ਸਿਰ ਹੋਊਗਾ, ਸਰਕਾਰ ਦੇ ਵਿੱਚ ਬਹੁਤ ਸਿਆਣੇ ਨੇ ਸਾਡੇ ਤੋਂ ਸੀਨੀਅਰ ਨੇ, ਆਪਾਂ ਮਾੜਾ ਚੰਗਾ ਨਹੀਂ ਕਹਿੰਦੇ ਕਿਸੇ ਨੂੰ, ਪਰ ਫਿਰ ਵੀ ਜੇ ਉਸ ਚੀਜ਼ ਨੂੰ ਟੱਚ ਕਰਨਗੇ ਤਾਂ ਕਿਤੇ ਨਾ ਕਿਤੇ ਜਿਹੜੀ ਗੱਲ ਹੈ ਸੁਲਹਾ ਯਾਨੀ ਸਲਿਊਸ਼ਨ ਵੱਲ ਨੂੰ ਵਧਣੀ ਚਾਹੀਦੀ ਹੈ, ਕਿਉਂਕਿ ਇਹ ਔਖਾ ਆ ਬਹੁਤ ਜ਼ਿਆਦਾ। ਡੈਮੋਕ੍ਰੇਸੀ ਨੂੰ ਵੀ ਸਾਡੀ ਇੰਡੀਆ ਸਾਡੇ ਭਾਰਤ ਵਰਸ਼ ਦੀ ਲੋਕਤੰਤਰ ਨੂੰ ਢਾਹ ਲੱਗ ਰਹੀ ਹੈ ਇਸ ਟਾਈਮ। ਕਿਉਂ? ਕਿਉਂਕਿ ਜਿਹੜੇ ਪ੍ਰੋਟੈਸਟ ਕਰ ਰਹੇ ਨਾ ਉਹਨਾਂ ਕੋਲ ਇੰਟਰਨੈਟ ਹੈ, ਨਾ ਉਹਨਾਂ ਕੋਲ ਪਾਣੀ ਦੀ ਸਹੂਲਤ ਹੈ, ਨਾ ਕੋਲ ਲਾਈਟ ਆ, ਔਰ ਲੱਖਾਂ ਦੀ ਤਾਦਾਦ 'ਚ ਬੈਠੇ ਆ ਉੱਥੇ, ਤੁਹਾਨੂੰ ਪਤਾ ਹੈ ਕਿ ਸਫਾਈ ਦੀ ਵੀ ਪ੍ਰੋਬਲਮ ਆ ਜਾਂਦੀ ਹੈ। ਔਰ ਉਸ ਤੋਂ ਬਾਅਦ ਤੁਸੀਂ ਵੀਡੀਓਜ਼ ਜਿਹੜੀਆਂ ਬਣ ਰਹੀਆਂ ਨੇ ਕਿਤੇ ਨਾ ਕਿਤੇ ਪ੍ਰੈਸ ਦੇ ਉੱਤੇ ਵੀ ਹਮਲਾ ਹੋ ਰਿਹਾ, ਜਿਹੜੇ ਪੱਤਰਕਾਰ ਜਾਂ ਕੋਈ ਮੀਡੀਆ ਹਾਊਸ ਜਾਂਦਾ ਤਾਂ ਉਹਨਾਂ ਨੂੰ ਚਾਰ ਚਾਰ ਪੰਜ ਪੰਜ ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਆ ਕਿਸੇ ਵੀ ਬਾਰਡਰ 'ਤੇ ਕਵਰੇਜ ਕਰਨ ਵਾਸਤੇ ਆਪਦਾ ਆਈ ਡੀ ਪੈਡ ਦਿਖਾ ਕੇ। ਦਰਸ਼ਕੋ ਅੱਗੇ ਵੱਧਦੇ ਹਾਂ, ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਆ ਪੰਜਾਬ ਪੁਲਿਸ ਨੂੰ ਸੌਂਪ ਦਿੱਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਫਾਈਲਾਂ, ਕੀ ਹੁੰਦਾ ਕੀ ਰਿਜ਼ਲਟ ਹੁੰਦਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਸ ਜਤਾਈ ਆ ਕਿ ਜੇ ਸਾਨੂੰ ਫੁੱਲ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਅਸੀਂ ਛੇਤੀ ਤੋਂ ਛੇਤੀ ਇਹ ਵਾਈਂਡ ਅਪ ਕਰਾਂਗੇ ਅਤੇ ਦੋਸ਼ੀਆਂ ਨੂੰ ਜੋ ਹੈ ਕਟਹਿਰੇ 'ਚ ਖੜ੍ਹਾ ਕਰਕੇ ਸਜ਼ਾ ਦਿਵਾਵਾਂਗੇ। ਅਸੀਂ ਵੀ ਦੁਆ ਕਰਦੇ ਹਾਂ ਕਿ ਸਾਡੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਜਿਹੜਾ ਬੱਚਾ ਨਾ ਰਹਿ ਸਕੇ। ਅੱਗੇ ਵੱਧਦੇ ਦਰਸ਼ਕੋ, ਇਹਨਾਂ ਚੀਜ਼ਾਂ ਤੋਂ ਹਟ ਕੇ ਮੈਂ ਗੱਲ ਕਰਦਾ ਮਹਾਰਾਸ਼ਟਰ ਵਿਧਾਨ ਸਭਾ ਦੀ, ਜਿਨ੍ਹਾਂ ਨੇ ਬਹੁਤ ਹੀ ਵਧੀਆ ਇੱਕ ਕਾਨੂੰਨ ਜਿਹੜਾ ਆਲਮੋਸਟ ਪਾਸ ਹੋਣ ਦੇ ਕੰਢੇ 'ਤੇ ਹੈ ਕਿ ਉਹ ਨਾਗਰਿਕਾਂ ਨੂੰ, ਮਹਾਰਾਸ਼ਟਰ ਦੇ ਨਾਗਰਿਕਾਂ ਨੂੰ ਇਹ ਆਜ਼ਾਦੀ ਹੋਊਗੀ ਕਿ ਉਹ EVM ਨਾਲ ਵੋਟ ਪਾਉਂਦੇ ਆ ਜਾਂ ਬੈਲਟ ਪੇਪਰ ਨਾਲ। ਉਹ ਪਾਸ ਕਰਾਉਣ ਵਾਲੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਸੀ ਸ਼੍ਰੀ ਨਾਨਾ ਪਟੋਲੇ ਜੀ, ਉਹ ਅੱਜ ਆਪਦੇ ਵਿਧਾਨ ਸਭਾ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇ ਗਏ ਨੇ। ਉਹਦੇ ਪਿੱਛੇ ਕਾਰਨ ਇਹ ਦੱਸਿਆ ਜਾਂਦਾ ਕਿ ਉਹ ਮਹਾਰਾਸ਼ਟਰ ਦੇ ਜਿਹੜੇ ਹੈਗੇ ਆ ਕਾਂਗਰਸ ਸਟੇਟ ਕਾਂਗਰਸ ਦੇ ਅਧਿਅਕਸ਼ ਵੀ ਚੁਣੇ ਜਾ ਸਕਦੇ, ਕਿਉਂਕਿ ਲਾਈਨ ਦੇ ਵਿੱਚ ਉਹ ਨੰਬਰ 1 ਨੇ। ਉੱਦਾਂ ਤਾਂ ਸੁਨੀਲ ਕੇਦਾਰ ਅਤੇ ਵਿਜੇ ਵਜੱਟੀਪੁਰ ਵੀ ਉਸ ਲਾਈਨ ਦੇ ਵਿੱਚ ਨੇ, ਪਰ ਸਾਰ ਤੋਂ ਅੱਗੇ ਨਾਨਾ ਪਟੋਲੇ ਜੀ ਦਾ ਨਾਂ ਆਉਂਦਾ। ਕੀ ਹੁੰਦਾ ਕੀ ਨਹੀਂ ਹੁੰਦਾ, ਤਾਂ ਬਾਅਦ ਦੀਆਂ ਗੱਲਾਂ ਨੇ ਦਰਸ਼ਕੋ। ਦਰਸ਼ਕੋ ਇੱਕ ਮੈਂ ਜਿੱਦਾਂ ਅਖੀਰ 'ਚ ਪੋਜ਼ੀਟਿਵ ਇੱਕ ਦੋ ਗੱਲਾਂ ਕਰਦਾ ਹੁੰਦਾ ਹਾਂ, ਇੱਕ ਪੋਜ਼ੀਟਿਵ ਨੋਟ ਹੀ ਨੋਟ 'ਤੇ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਸਾਰੇ ਪੁਲਿਸ ਨੂੰ, ਅੱਜ ਦਿੱਲੀ ਪੁਲਿਸ ਨੂੰ ਭੰਡਿਆ ਜਾਂਦਾ, ਪਰ ਬਹੁਤ ਇਮਾਨਦਾਰ ਆਫਿਸਰ ਵੀ ਉੱਥੇ ਨੇ। ਮੈਂ ਗੱਲ ਕਰਦਾ ਮਹਾਰਾਸ਼ਟਰ ਤੋਂ, ਅਮਰਾਵਤੀ ਡਿਸਟ੍ਰਿਕਟ ਦੇ ਵਿੱਚ ਉੱਥੇ ਜਿਹੜਾ ਹੈਗਾ ਕਿ ਇੱਕ ਔਰਤ ਨੂੰ ਕਿਸੇ ਕੇਸ ਦੇ ਵਿੱਚ ਕੁਛ ਇਨਵੈਸਟੀਗੇਸ਼ਨ ਲਈ ਸੱਦਿਆ ਗਿਆ ਸੀ ਸੰਨ 2011 ਦੇ ਵਿੱਚ, ਪਰ ਦਿਨ ਛਿਪਣ ਤੋਂ ਬਾਅਦ ਵੀ ਉਹਨੂੰ ਉੱਥੇ ਬਿਠਾਈ ਰੱਖਿਆ ਕੋਈ 8-9 ਵਜੇ ਤੱਕ ਰਾਤ ਨੂੰ। ਉਹ ਮਾਇਲਾਬਾਦ ਦੇ ਵਿੱਚ ਉਹਨੇ ਜਿਹੜੀ ਹੈਗੀ ਆ ਹਿਊਮਨ ਰਾਈਟਸ ਨੂੰ ਅਤੇ ਮਹਿਲਾ ਅਧਿਕਾਰ ਨਾਲ ਕੰਟੈਕਟ ਕੀਤਾ, ਉਹਨਾਂ ਨੂੰ ਦੱਸਿਆ ਕਿ ਉੱਥੇ ਕੋਈ ਲੇਡੀਜ਼ ਪੁਲਿਸ ਆਫਿਸਰ ਵੀ ਨਹੀਂ ਸੀ। ਵੈਸੇ ਵੀ ਜੋ ਇੰਡੀਆ ਦਾ ਕਾਨੂੰਨ ਆ, ਉਹ ਦਿਨ ਛਿਪੇ ਤੋਂ ਬਾਅਦ ਕਿਸੇ ਔਰਤ ਨੂੰ ਇਨਵੈਸਟੀਗੇਸ਼ਨ ਗੱਲਬਾਤ ਪੁੱਛਣ ਲਈ ਦਿਨ ਛਿਪੇ ਤੋਂ ਬਾਅਦ ਥਾਣੇ 'ਚ ਨਹੀਂ ਬਿਠਾ ਸਕਦੇ। ਉਹਨੇ ਯਾਚਿਕਾ ਦਾਇਰ ਕੀਤੀ ਸੀ ਜਿਹਦਾ ਰਿਜ਼ਲਟ ਆ ਬੀਤੇ ਕੱਲ੍ਹ ਆਇਆ ਆ। ਕੋਰਟ ਨੇ ਉੱਥੋਂ ਦੇ ਮੌਜੂਦਾ ਜਿਹੜੇ ਹੌਲਦਾਰ ਸੀ ਅਤੇ ਥਾਣੇਦਾਰ ਸੀ ਅਤੇ ਮੌਜੂਦਾ SP ਸੀਗੇ ਅਮਰਾਵਤੀ ਡਿਸਟ੍ਰਿਕਟ ਦੇ, ਉਹਨਾਂ ਨੂੰ ਸਸਪੈਂਡ ਕੀਤਾ ਅਤੇ 1-1 ਲੱਖ ਰੁਪਏ ਦਾ ਜੁਰਮਾਨਾ ਵੀ ਉਹਨਾਂ 'ਤੇ ਲਗਾਇਆ ਗਿਆ। ਬੜੀ ਪੋਜ਼ੀਟਿਵ ਨੋਟ ਹੈ ਕਿ ਦੇਰ ਆਏ ਦਰੁਸਤ ਆਏ। ਇਹਦੇ ਨਾਲ ਕੀ ਹੁੰਦਾ ਕਿ 130-135 ਕਰੋੜ ਦੇ ਆਬਾਦੀ ਵਾਲੇ ਦੇਸ਼ ਦੇ ਵਿੱਚ ਇੱਕ ਆਸ ਦੀ ਕਿਰਨ ਜਾਗਦੀ ਰਹਿੰਦੀ ਹੈ ਕਿ ਸਾਡੇ ਦੇਸ਼ ਵਿੱਚ ਵੀ ਨਿਆਂ ਹੈਗਾ ਆ। ਪਰ ਬਸ਼ਰਤੇ ਮੈਂ ਜਿਹੜਾ ਵਾਰ ਵਾਰ ਇਹ ਕਹਿੰਦਾ ਹੁੰਦਾ ਕਿ ਆਪਾਂ ਆਪਦੀ ਜਗ੍ਹਾ ਸਹੀ ਹੋਈਏ, ਆਪਾਂ ਆਪਦੀ ਜਗ੍ਹਾ ਬਿਲਕੁਲ ਸਹੀ ਹੋਈਏ। ਹੁਣ ਵੀ ਮੈਂ ਦੁਬਾਰਾ ਕਹੂੰਗਾ ਕਿ ਪੋਸਟਾਂ ਟਵਿੱਟਰਾਂ ਇਹਨਾਂ 'ਤੇ ਵਿਸ਼ਵਾਸ ਨਾ ਕਰੋ। ਗੱਲ ਟੀਚਾ ਇੱਕ ਰੱਖੋ ਕਿ ਸਾਡਾ ਜਿਹੜਾ ਭਾਰਤ ਵਰਸ਼ ਆ ਉਹ ਏਕਤਾ ਅਖੰਡਤਾ ਦੇ ਵਿੱਚ ਬੱਝਿਆ ਰਹੇ, ਅਤੇ ਸਾਡੇ ਜਿਹੜੇ 3 ਕਾਨੂੰਨ ਆ, ਸਿਰਫ ਅਤੇ ਸਿਰਫ 3 ਕਾਨੂੰਨ ਜਿਹੜੀ ਮੰਗ ਆ ਉਹ ਰੱਦ ਹੋਣ, ਅਤੇ MSP ਦੀ ਗਰੰਟੀ ਮਿਲੇ, ਜਾਂ ਕਾਨੂੰਨ ਸ਼ਾਇਦ ਸਸਪੈਂਡ ਹੀ ਕਰ ਦੇਣ ਟਰਨਓਵਰ ਤੱਕ ਜਿੰਨੇ ਚਿਰ ਸਰਕਾਰ ਹੈ, ਉਦੋਂ ਬਾਅਦ ਨਵੀਂ ਸਰਕਾਰ ਆਊਗੀ, ਦੇਖ ਲਾਂਗੇ ਜਿੱਦਾਂ ਦਾ ਕੰਮ ਹੁੰਦਾ। ਇਦੋਂ ਬਾਅਦ ਕੋਈ ਅਫਵਾਹਾਂ 'ਤੇ ਬਿਲੀਵ ਨਾ ਕਰੋ, ਕੋਈ ਜੇ ਮੈਸੇਜ ਆਉਂਦਾ ਵੀ ਆ ਤਾਂ ਹੁਣ ਜਿੰਨੇ ਚਿਰ ਤੁਸੀਂ ਪ੍ਰਤੱਖ ਰੂਪ ਵਿੱਚ ਜਾਣਕਾਰੀ ਹਾਸਲ ਨਾ ਕਰ ਸਕੋ ਉਹਨੂੰ ਫਾਰਵਰਡ ਨਾ ਕਰੋ ਬਿਲਕੁਲ ਵੀ, ਕਿਉਂਕਿ ਦੇਸ਼ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਵੀ ਬਾਹਰੋਂ ਚੱਲਦੀਆਂ ਹੁੰਦੀਆਂ ਨੇ। ਦਰਸ਼ਕੋ ਆਪਾਂ ਮਿਲਦੇ ਹਾਂ ਅਗਲੇ ਹਫ਼ਤੇ ਕਿਸੇ ਨਵੇਂ ਮੁੱਦੇ 'ਤੇ, ਨਵੇਂ ਵਿਚਾਰ ਕਰਾਂਗੇ, ਆਸ ਕਰਾਂਗੇ ਕਿ ਇਹ ਸਾਰਾ ਕੁਝ ਸੁਲਝਵੇ।
ਉਦੋਂ ਤੱਕ ਆਪਦਾ ਪੂਰਾ ਖਿਆਲ ਰੱਖਿਓ ਮੇਰੇ ਗੁਰਲਾਲ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤੇ ਸ਼ਬਾ ਖੈਰ।